ਵਾਹਿਗੁਰੂ ਪ੍ਰਭਾਤ ਸਮੇ ਅਸੀਂ ਸਤਸੰਗਤ ਦਾ ਸਮਾ ਮਾਨ ਪਾ ਰਹੇ ਹਾਂ ਚੱਲ ਰਹੇ ਦੀਵਾਨਾ ਵਿੱਚ ਸਾਡਾ ਜ਼ਮਾਤੀ ਨਿਤਨੇਮ ਆਸਾ ਕੀ ਬਾਹਰ ਅਜੇ ਹੁਣੇ ਸੰਪੂਰਨ ਹੋਈ ਗੁਰੂ ਬਾਬਾ ਜੀ ਦੀ ਆਵਨ ਬਖਸ਼ਿਸ਼ ਦਾ صدਕਾ ਹੁਣ ਸਮਾ ਗੁਰ ਸ਼ਬਦ ਵਿਆਖਿਆ ਦਾ ਹੈ ਲੜੀਵਾਰ ਜੁਗੁਰ ਉਪਦੇਸ਼ ਅਸੀਂ ਵਿਚਾਰ ਰਹੇ ਹਾਂ ਇਸ ਅੰਦਰ ਰਾਗ ਗੌੜੀ ਮਾਝ ਇਹ ਵਿਚਾਰਿਆ ਜਾ ਰਿਹਾ ਹੈ ਤਨਗੁਰੂ ਰਾਮਦਾਸ ਮਹਾਰਾਜ ਮਹਲਾ ਚੌਥਾ ਗੁਰੂ ਨਾਨਕ ਜੋਤ ਦੇ ਚੌਥੇ ਜਾਣਸ਼ੀਨ ਉਹਨਾਂ ਦੁਆਰਾ ਉਚਰਿਤ ਕੀਤੀ ਗਈ ਹੈ ਮੁਕਾਮੀ ਬਾਣੀ ਸਾਨੂੰ ਪ੍ਰਾਪਤ ਹੈ ਸ਼ਬਦ ਆਪਨੇ ਸਰੋਤ ਪਾਇਆ ਹੈ ਛੰਤ ਬੰਤਰ ਦੇ ਵਿੱਚ ਸ਼ਬਦ ਹੈ ਚਾਰ ਬੰਦ ਨੇ ਇਹਦੇ ਇੱਕ ਇੱਕ ਬੰਦ ਕਰਕੇ ਅਸੀਂ ਵਿਚਾਰ ਰਹੇ ਹਾਂ ਜਿੰਨਾ ਸਮੇਂ ਨੇ ਅਲਾਉ ਕੀਤਾ ਉਹਨਾਂ ਹਿੱਸਾ ਸ਼ਬਦ ਦਾ ਵਿਚਾਰਾਂਗੇ ਗੁਰੂਦੇਵ ਜੋ ਜ਼ਿਕਰ ਕਰ ਰਹੇ ਨੇ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਪ੍ਰਭ ਮੇਰਾ ਚੋਜੀ ਜੀਓ ਅਕਾਲ ਪੁਰਖ ਵਾਹਿਗੁਰੂ ਤੇ ਬਾਬਤ ਬੜੇ ਸ਼ਬਦ ਨੇ ਜਿਨੂੰ ਅਸੀਂ ਉਹਦੇ ਨਾਮ ਦੇ ਰੂਪ ਵਿੱਚ ਵੀ ਕਹਿ ਸਕਦੇ ਹਾਂ ਪਰ ਧਿਆਨ ਨਾਲ ਦੇਖੀਏ ਤੇ ਉਹਦੇ ਵਿਸ਼ੇਸ਼ਣ ਨੇ ਐਡਜੈਕਟਿਵਸ ਉਹਨੂੰ ਲਖਬ ਦਿੱਤੇ ਗਏ ਨੇ ਜਿਵੇਂ ਅਸੀਂ ਬਖਸ਼ਿੰਦ ਦਇਆਲੂ ਦਇਾਲ ਕਿਰਪਾਲ ਇਹ ਸਾਰੇ ਉਹਦੇ ਲਖਬ ਨੇ ਉਸ ਨੂੰ ਇਵਨ ਨਾਮ ਵੀ ਲੈ ਲਈਏ ਜਿਉਂਦਾ ਕਾਦਰ ਨਾਮ ਆ ਤੇ ਇਹ ਵੀ ਲਖਬ ਆ ਉਹਦਾ کریم ਨਾਮ ਆ ਤੇ ਇਹ ਵੀ ਲਖਬ ਆ ਉਹਦਾ ਤੂੰ ਕਰਤਾ ਕਾਦਰ کریم ਦੇ ਜੀਆਂ ਰਿਜ਼ਕ ਸਭਾਂ ਹੈ ਅਜੇ ਹੁਣੇ ਆਪ ਸਰੋਤ ਪਾ ਰਹੇ ਸਿਆਸਾ ਕੀ ਵਾਰ ਦੇ ਵਿੱਚ ਸੋ ਦੇ ਵਿੱਚ ਕਰਮ ਕਰਨ ਵਾਲਾ ਜਿਹਦੇ ਕੋਲ ਇਹ ਐਬਿਲਿਟੀ ਹੈ ਜਿਹੜਾ ਐਕਟ ਕਰਦਾ ਜਿਹੜਾ ਕਾਰਜ ਕਰਦਾ ਉਸ ਰੂਪ ਦੇ ਅੰਦਰ ਇਹਦੇ ਵਿੱਚ ਇੱਕ ਲਖਬ ਹੈ ਚੋਜੀ ਚੋਜ ਕਰਨ ਵਾਲਾ ਮੀਨ ਅਸੀਂ ਸੰਸਾਰਿਕ ਤੌਰ ਤੇ ਦੇਖੀਏ ਤੇ ਸਾਨੂੰ ਜਿਹੜੀ ਚੀਜ਼ ਬਹੁਤ ਪਿਆਰੀ ਲੱਗੇ ਬੜੀ ਚੰਗੀ ਲੱਗੇ ਤੇ ਉਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਗਲਤਾਨ ਹੋ ਜਾਈਏ ਤੇ ਅਸੀਂ ਉਸ ਨੂੰ ਚੋਜ ਕਹਿ ਦਿੰਨੇ ਆਂ ਵੀ ਆ ਚੋਜ ਹੋਇਆ ਅੱਜ ਮੀਨ ਮੈਨੂੰ ਕੋਈ ਆਲੇ ਦੁਆਲੇ ਕੁਝ ਐਸਾ ਵਾਪਰਿਆ ਹੈ ਜਿਸ ਨਾਲ ਮੈਨੂੰ ਖੁਸ਼ੀ ਮਿਲੀ ਹੈ ਇਸ ਨੂੰ ਅਸੀਂ ਚੋਜ ਕਹਿ ਲੈਨੇ ਆਂ ਕਿ ਆ ਆ ਬੜੇ ਚੋਜ ਕਰ ਰਿਹਾ ਅੱਜ ਮੀਨ ਕੁਝ ਇਹੋ ਜੀ ਹਰਕਤ ਹੋ ਰਹੀ ਹੈ ਜਿਸ ਨਾਲ ਮੈਨੂੰ ਖੁਸ਼ੀ ਮਿਲ ਰਹੀ ਹੈ ਤੇ ਜਿਸ ਨੂੰ ਅਸੀਂ ਚੋਜ ਕਹਿ ਰਹੇ ਆਂ ਚੋਜੀ ਕਹਿ ਰਹੇ ਆਂ ਐਕਚੁਅਲ ਲੈਵਲ ਤੇ ਉਹਦੀ ਇੱਕ ਮੌਜ ਆ ਕਹਿੰਦੇ ਨੇ ਮੌਜੀ ਦੀ ਮੌਜ ਨੂੰ ਜਦੋਂ ਤੁਸੀਂ ਮਾਨ ਸਕਦੇ ਹੋ ਉਹ ਤੁਹਾਡੇ ਲਈ ਫਿਰ ਚੋਜ ਬਣ ਜਾਂਦਾ ਹੈ ਉਹ ਤੁਸੀਂ ਉਸ ਨੂੰ ਇੱਕ ਚੋਜ ਦੇ ਰੂਪ ਦੇ ਵਿੱਚ ਇੱਕ ਮਨ ਪਾਉਂਦੇ ਅਹਿਸਾਸ ਦੇ ਰੂਪ ਵਿੱਚ ਲੈ ਲੈ ਲੈਂਦੇ ਹੋ ਗੁਰਮਤਾ ਆਸ਼ਾ ਵਾਰ-ਵਾਰ ਕਹਿ ਰਿਹਾ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਬਣਾਇਆ ਹੋਇਆ ਨਿਜ਼ਾਮ ਹੈ ਤੇ ਇਸ ਨਿਜ਼ਾਮਤ ਦੇ ਵਿੱਚ ਜਿਹੜੀ ਅਨਸਰਟਨਟੀ ਹੈ ਜਿਹਨੂੰ ਅਸੀਂ ਕਹਿੰਨੇ ਆ ਵੀ ਅਨਪ੍ਰੇਡਿਕਟੇਬਿਲਟੀ ਆਪਾਂ ਕੱਲ ਦਾ ਵੈਦਰ ਦੇਖੀਏ ਧੁੱਪ ਸੀਗੀ ਬੜੀ ਵਧੀਆ ਤੇ ਬੰਦਾ ਕਹਿੰਦਾ ਵਾਹ ਬਹੁਤ ਕਮਾਲ ਹੈ ਬੜਾ ਵਧੀਆ ਦਿਨ ਚੜਿਆ ਧੁੱਪ ਲੱਗੀ ਹੁਣ ਦਿਨ ਖੁੱਲ ਗਏ ਨੇ ਹੁਣ ਆਪਾਂ ਰੋਜ਼ ਧੁੱਪ ਮਾਣਾਂਗੇ ਅੱਜ ਸਵੇਰੇ ਬੱਦਲ ਨੇ ਬਰਸਾਤ ਹੋ ਰਹੀ ਹੈ ਤੇ ਡੈਫੀਨਿਟਲੀ ਅਸੀਂ ਥੋੜਾ ਬੋਤਾ ਵੀ ਕਿਤੇ ਵਾਕ ਕਰਨਾ ਹੈ ਤੁਰਨਾ ਆ ਤੇ ਮੀ ਪੈਂਦਾ ਹੋਏ ਚੰਗਾ ਨਹੀਂ ਲੱਗਦਾ ਥੋੜੀ ਠੰਡ ਹੁੰਦੀ ਹੈ ਖਾਸ ਕਰਕੇ ਤੋ ਕੈਨੇਡਾ ਵਰਗੇ ਵੈਦਰ ਚ ਰਹਿਨੇ ਆ ਚਲੋ ਜੇ ਤੇ ਆਪਾਂ ਆਪਣੇ ਮਾਲਕ ਦੀ ਗੱਲ ਕਰੀਏ ਜਿੱਥੇ ਲੋਕੀ ਮੀ ਨੂੰ ਕਈ ਵਾਰੀ ਫਸਲਾਂ ਦੇ ਸਮੇਂ ਤਰਸਦੇ ਨੇ ਸਭ ਚੀਜ਼ਾਂ ਹੁੰਦੀਆਂ ਕਹਿੰਦਾ ਚਲੋ ਸ਼ੁਕਰ ਹੈ ਮੀ ਪਿਆ ਇਸ ਰੂਪ ਦੇ ਵਿੱਚ ਉਹ ਸਾਡੇ ਬਾਂਗਰ ਦੇ ਵਿੱਚ ਬਾਂਗਰੂ ਉਹ ਲੋਕ ਕਹਿੰਦੇ ਹੁੰਦੇ ਜਦੋਂ ਖਾਸ ਕਰਕੇ ਔੜ ਦੇ ਵਿੱਚ ਮੀ ਪੈਂਦਾ ਤੋ ਕਹਿੰਦੇ ਭਾਈ ਬਾਰਿਸ਼ ਨਾ ਹੋ ਰਹੀ ਗਈ ਪੜ ਰਿਆ ਹੈ ਮੀਨ ਵੀ ਕਿਉ ਡਗ ਰਿਹਾ ਹੋਂ ਤੋ ਮੀ ਪਾਣੀ ਨਾ ਕੋਈ ਸੁਣ ਕਹਿੰਦੇ ਪਾਣੀ ਤੇ ਤੁਸੀਂ ਜਿਹੜਾ ਆ ਇਹਨੂੰ ਅੰਡਰਮਾਈਨ ਕਰ ਦਿੰਦੇ ਹੋ ਇਹਨੂੰ ਕਹੋ ਵੀ ਕਿ ਉਹ ਹੀ ਪੈ ਰਿਹਾ ਬਸ ਇਸ ਰੂਪ ਦੇ ਮਤਲਬ ਬੜੀ ਬੜੀ ਵੱਡੀ ਸਾਡੇ ਵਾਸਤੇ ਇੱਕ ਨਵਾਜਿਸ਼ ਆ ਔਰ ਇਹ ਆ ਕਿ ਸੁਪੋਜ਼ ਕੱਲ ਵੈਦਰ ਚੰਗਾ ਸੀਗਾ ਅੱਜ ਮੀਂਹ ਪੈ ਰਿਹਾ ਤੇ ਬੰਦਾ ਇੱਕਦਮ ਅਹਿਸਾਸ ਕਰਦਾ ਵੀ ਆ ਇਹ ਨਹੀਂ ਠੀਕ ਹੈਗਾ ਉਹ ਧੁੱਪ ਠੀਕ ਸੀ ਇਸ ਰੂਪ ਦੇ ਵਿੱਚ ਮੀਨ ਆ ਅਨਐਕਸੈਪਟੇਬਲ ਆ ਪਹਿਲਾਂ ਐਕਸੈਪਟੇਬਲ ਸੀਗਾ ਇਹ ਦੇਖਿਏ ਤੇ ਕਰਤਾਰੀ ਕੁਦਰਤ ਦੀ ਖੇਡ ਆ ਜੇ ਅੱਜ ਮੀਂਹ ਪੈ ਰਿਹਾ ਕੱਲ ਨੂੰ ਧੁੱਪ ਹੋਏਗੀ ਪਰਸੋਂ ਥੋੜੀ ਤੇਜ਼ ਹਵਾ ਚੱਲੇਗੀ ਉਸ ਤੋਂ ਅਗਲੇ ਰੋਜ਼ ਫਿਰ ਠੰਡ ਹੋ ਜਾਏਗੀ ਇਹ ਇਸੇ ਤਰੀਕੇ ਨਾਲ ਚੱਲੇਗਾ ਅਨਪ੍ਰੇਡਿਕਟਿਬਿਲਟੀ ਇਹਦੇ ਵਿੱਚ ਇਸ ਨੂੰ ਤੁਸੀਂ ਪ੍ਰੇਡਿਕਟ ਨਹੀਂ ਕਰ ਸਕਦੇ ਅਨਸਰਟਨਟੀ ਇਹਦੇ ਵਿੱਚ ਮਨੁੱਖ ਦੀ ਫਿਤਰਤ ਤੇ ਰਹੀ ਹੈ ਕਿ ਮੈਨੂੰ ਚੀਜ਼ਾਂ ਸਰਟਨ ਮਿਲ ਮੈਂ ਤਾਂ ਸਿਰਫ ਵੈਦਰ ਦੇ ਇੱਕ ਐਪੀਸੋਡ ਦੀ ਗੱਲ ਕਰ ਰਿਹਾ ਜ਼ਿੰਦਗੀ ਦੇ ਅਹਿਸਾਸ 'ਚ ਕਰੀਏ ਮੈਂ ਸਵੇਰੇ ਉੱਠਿਆ ਮੇਰੀ ਨਾਸਕਾ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ ਅੱਖਾਂ ਸਹੀ ਕੰਮ ਕਰ ਰਹੀਆਂ ਨੇ ਸਾਹ ਸਹੀ ਆ ਰਿਹਾ ਹੈ ਤੇ ਹੱਤ ਬੈਰ ਬੜੇ ਵਧੀਆ ਉਸ ਰੂਪ ਦੇ ਵਿੱਚ ਨੇ ਐਵੇਂ ਹਮੇਸ਼ਾ ਨਹੀਂ ਹੋਏਗਾ ਕਿਤਨਾ ਕਿਤੇ ਕੁਦਰਤੀ ਤੌਰ ਤੇ ਹੁਣ ਅਸੀਂ ਇਹਨਾਂ ਜਿਹੜਾ ਬਲੌਸਮ ਸੀਜ਼ਨ ਆਉਂਦਾ ਤੇ ਜਿਹੜੇ ਲੋਕ ਥੋੜੇ ਪੁਰਾਣੇ ਰਹਿੰਦੇ ਨੇ ਇਨਕਲੂਡਿੰਗ ਮੈਨੂੰ ਹੁਣ ਇੱਥੇ ਉਗਾਲਵਨ 24ਵਾਂ ਬਰਜ ਆ ਰਿਹਾ ਹੈ ਉਸ ਰੂਪੇ ਦੇਖਿਆ ਜਾਏ ਤੇ ਅਹਿਸਾਸ ਆ ਕਿ ਜਦੋਂ ਇੱਕ ਉਮਰ ਦਾ ਪੜਾ ਤੁਸੀਂ ਬਤੀਤ ਕਰਦੇ ਹੋ ਇੱਥੇ ਤੁਹਾਡੀ ਜਿਹੜੀ ਇਮਿਊਨਿਟੀ ਹੈ ਰੋਗਾਂ ਨਾਲ ਲੜਨ ਦੀ ਸ਼ਕਤੀ ਇਸ ਵੈਦਰ ਵਿੱਚ ਰਹਿੰਦੀ ਆ ਉਹ ਘਟ ਜਾਂਦੀ ਆ ਉਕੇ ਸਾਫ ਸਫਾਈ ਬਹੁਤ ਆ ਜਿਹੜਾ ਮਿੱਟੀ ਦਾ ਐਕਸਪੋਜ਼ਰ ਬੜਾ ਘੱਟ ਆ ਸਾਨੂੰ ਜਿਹੜੀ ਮਿੱਟੀ ਦਾ ਉੱਡਣਾ ਮਿਲਣਾ ਬੈਕਟੀਰੀਆ ਮਿਲਣਾ ਬੜਾ ਜ਼ਰੂਰੀ ਹੁੰਦਾ ਐ ਇਮਿਊਨ ਸਿਸਟਮ ਨੂੰ ਥੋੜਾ ਥੋੜਾ ਵਿੱਚ ਉਹ ਬਿਮਾਰਸ਼ਮਾਰ ਹੁੰਦਾ ਟੈਸਟ ਵੀ ਹੁੰਦਾ ਰਹਿੰਦਾ ਹੁਣ ਬੰਦਾ ਕਹਿੰਦਾ ਮੈਨੂੰ 10 ਸਾਲ ਹੋ ਗਏ ਬੁਖਾਰ ਨਹੀਂ ਚੜਿਆ ਲੱਗਦਾ ਬੜੀ ਵੱਡਿਆ ਬੜੀ ਬੜੀ ਬਲੈਸਿੰਗ ਆ ਐਕਚੁਅਲੀ ਬਲੈਸਿੰਗ ਨਹੀਂ ਹੈਗੀ ਜਿੱਦਨ ਚੜਿਆ ਉਹਦਨ ਬੁਰੀ ਤਰ੍ਹਾਂ ਚੜੇਗਾ ਬਾਡੀ 'ਚ ਲੜਨ ਦੀ ਤਾਕਤ ਨਹੀਂ ਰਹੇਗੀ ਥੋੜੀ ਥੋੜੀ ਐਪੀਸੋਡ ਦਉਂਦੇ ਰਹਿਣਗੇ ਤਾਕਤ ਸਿਸਟਮ ਚੈੱਕ ਹੁੰਦਾ ਰਹੇਗਾ ਇਹ ਐਮਰਜੈਂਸੀ ਡ੍ਰਿਲਸ ਹੁੰਦੀਆਂ ਨੇ ਸਾਡੀਆਂ ਆਰਗੇਨਾਈਜੇਸ਼ਨ ਕਈ ਵਾਰੀ ਨਹੀਂ ਕਰਦੀਆਂ ਪਰ ਜਿੰਨੇ ਇੰਸਟੀਟਿਊਸ਼ਨਸ ਨੇ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਨੇ ਉਹਨਾਂ ਨੂੰ ਪੁੱਛਿਆ ਜੇ ਆ ਮਹੀਨਾ ਡੇਢ ਮਹੀਨਾ ਨਹੀਂ ਪੈਂਦਾ 2 ਮਹੀਨੇ ਨਹੀਂ ਪੈਂਦੇ ਉਹ ਕਹਿੰਦੇ ਸਾਡੀ ਫਾਇਰ ਡ੍ਰਿਲ ਚੱਲ ਰਹੀ ਹੈ ਅੱਜ ਫਾਇਰ ਡ੍ਰਿਲ ਮੀਨ ਮਤਲਬ ਉਹਨਾਂ ਨੇ ਅ ਮਸਨਵੀ ਤੌਰ ਤੇ ਮਤਲਬ ਐਵੇਂ ਹੀ ਵੀ ਫਲਾਂ ਜਗ੍ਹਾ ਤੇ ਸਮਝੋ ਵੀ ਅੱਗ ਲੱਗ ਗਈ ਹੈ ਅਲਾਰਮ ਔਨ ਹੋ ਗਏ ਨੇ ਤੁਸੀਂ ਇਹ ਬਿਲਡਿੰਗ ਕਿੰਨੇ ਮਿੰਟ ਚ ਏਵੈਕੂਏਟ ਕਰਦੇ ਹੋ ਕਿਵੇਂ ਕਰਦੇ ਹੋ ਲੈਟਸ ਸੀ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰੋਗੇ ਤਾਂ ਹੋਏਗਾ ਕਿ ਕੁਦਰਤ ਇਹੋ ਜਿਹਾ ਨਾ ਕਰੇ ਕਿਤੇ ਲੱਗ ਜਾਏ ਖੁਦਾ ਨਾ ਖਾਸਾ ਹੋਏਗਾ ਕਿ ਫਿਰ ਪ੍ਰੈਕਟਿਸ ਤੇ ਕਰਨੀ ਪੈਗੀ ਨਾ ਹਰ 2 ਮਹੀਨੇ ਬਾਅਦ 2.5 ਮਹੀਨੇ ਬਾਅਦ ਇਵਨ ਸ਼ਹਿਰਾਂ ਦੇ ਸ਼ਹਿਰ ਵੈਕੂਏਟ ਕਰਨ ਦੀ ਡਾਊਨਟਾਊਨ ਕੋਰ ਦੇ ਚਿਸ ਤਰੀਕੇ ਨਾਲ ਜਾਂਚਾਂ ਕੀਤੀਆਂ ਜਾਂਦੀਆਂ ਤਾਂ ਕਿ ਕਿਉਂਕਿ ਮਾਹੌਲ ਹਮੇਸ਼ਾ ਓਵੇਂ ਨਹੀਂ ਰਹਿਣਾ ਆਖਰਕਾਰ ਚੀਜ਼ਾਂ ਬਦਲਣੀਆਂ ਇਸ ਰੂਪ ਵਿੱਚ ਹੋਣਾ ਪਰ ਹੁੰਦਾ ਇਹ ਅਸੀਂ ਜਦੋਂ ਸੰਸਾਰ ਵਿੱਚ ਵਿਚਰਦੇ ਆ ਅਸੀਂ ਕਿ ਨਾ ਨਹੀਂ ਨੈਸ ਇਟ ਇਜ਼ ਰੇ ਇਸੇ ਰੂਪ ਵਿੱਚ ਰਹੇ ਨਹੀਂ ਥੋੜਾ ਬੋਤਾ ਬੰਦੇ ਨੂੰ ਗਰਮੀ ਸਰਦੀ ਲੱਗਣੀ ਹੈ ਬਿਮਾਰ ਸ਼ਮਾਰ ਹੋਣਾ ਇਹ ਸਭ ਚੀਜ਼ਾਂ ਹੁੰਦੀਆਂ ਰਹਿੰਦੀਆਂ खैर ਜਿਹੜੀ ਬੇਨਤੀ ਕਰ ਰਿਹਾ ਇਮਿਊਨ ਸਿਸਟਮ ਲਗਾਤਾਰ ਉਸ ਚੀਜ਼ ਨੂੰ ਜੇ ਕਿਤੇ ਐਕਸਪੋਜ਼ਰ ਨਹੀਂ ਹੋਏਗਾ ਤੇ ਉਹ ਵੀਕ ਹੋ ਜਾਏਗਾ ਹੁਣ ਹੋਏਗਾ ਕਿ ਉਹਦੇ ਨਾਲ ਅਲਰਜੀ ਸ਼ੁਰੂ ਹੋ ਜਾਏਗੀ ਹੁਣ ਸਪੋਜ਼ ਬਿਲਕੁਲ ਠੀਕ ਠਾਕ ਸੁੱਤੇ ਹੋ ਕਿਤੇ ਮਾੜੀ ਜਿਹੀ ਕਿਤੇ ਅਲਰਜੀ ਹੋਈ ਏ ਫਿਰ ਉੱਠੇ ਹੋ ਗਲਾ ਨਹੀਂ ਠੀਕ ਨਾਸਕਾ ਦੇ ਵਿੱਚੋਂ ਜਿਹੜੀ ਹੈ ਉਹ ਅੰਦਰ ਸਵੇਲਿੰਗ ਹੋ ਗਈ ਹੈ ਸਾਹ ਨਹੀਂ ਆ ਰਿਹਾ ਸਹੀ ਥੋੜਾ ਹੋਰ ਜਿਹੜੇ ਖਾਸ ਕਰਕੇ ਨੀਜ਼ਲ ਨੂੰ ਕੰਜਸਟ ਹੋ ਗਏ ਨੇ ਕਿਤੇ ਥੋੜਾ ਬਾ ਬਾਹਲਾ ਕਿਤੇ ਹੋਰ ਐਕਸਪੋਜ਼ਰ ਮਿਲ ਗਿਆ ਬਿਮਾਰ ਸ਼ਮਾਰ ਹੋ ਗਿਆ ਬੰਦਾ ਕਹਿੰਦਾ ਨਹੀਂ ਠੀਕ ਨਹੀਂ ਐਵੇਂ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ ਅਹਿਸਾਸ ਕਰਦੇ ਹਾਂ ਕਿ ਇਹ ਪਾਰਟ ਆਫ ਲਾਈਫ ਆ ਅੱਜ ਇੱਥੇ ਹੈ ਕੱਲ ਇੱਥੇ ਹੈ ਪਰਸੋਂ ਇੱਥੇ ਇਸੇ ਤਰੀਕੇ ਨਾਲ ਸੰਸਾਰ ਚੱਲਦਾ ਹੈ ਜਿਹੜੀ ਸਲੇਵਰੀ ਹੈ ਨਾ ਗੁਲਾਮੀ ਗੁਲਾਮੀ ਸਿਰਫ ਪੋਲਿਟਿਕਲ ਲੈਵਲ ਤੇ ਇੱਕ ਇੱਕ ਪੱਦਰ ਤੇ ਨਹੀਂ ਹੁੰਦੀ ਪੋਲਿਟਿਕਲ ਗੁਲਾਮੀ ਉਦੋਂ ਹੁੰਦੀ ਹੈ ਜਦੋਂ ਬੰਦਾ ਜ਼ਹਿਨੀ ਤੌਰ ਤੇ ਗੁਲਾਮ ਹੁੰਦਾ ਹੈ ਤੇ ਜ਼ਹਿਨੀ ਤੌਰ ਤੇ ਗੁਲਾਮੀ ਦਾ ਪਹਿਲਾ ਲੱਛਣ ਪਤਾ ਕੀ ਹੈ ਜਦੋਂ ਅਸੀਂ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਕਿਸੇ ਸਥਿਤੀ ਦੇ ਗੁਲਾਮ ਹੋ ਜਾਂਦੇ ਹਾਂ ਅਸੀਂ ਕਹਿੰਨੇ ਆਂ ਬਸ ਆ ਸਥਿਤੀ ਇਹੋ ਜੀ ਬਣੀ ਰਹੇ ਉਹ ਸਥਿਤੀ ਕੋਈ ਮਾੜੀ ਜੀ ਹਲਾਉਣ ਦੀ ਕੋਸ਼ਿਸ਼ ਕਰਦਾ ਸੀ ਕਿ ਨਹੀਂ 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 ਤੂੰ ਸਥਿਤੀ ਨਾ ਹਲਾ ਮੈਂ ਮੈਂ ਤੇਰੀ ਸਾਰੀ ਗੱਲ ਹੀ ਮੰਨ ਲੈਣਾ ਮੈਂ ਔਸੂਲ ਵੀ ਛੱਡ ਦੇਵਾਂਗਾ ਪ੍ਰਿੰਸੀਪਲ ਵੀ ਛੱਡ ਦੇਵਾਂਗਾ ਸਾਰੇ ਡਿਸਪਲਿਨ ਵੀ ਛੱਡ ਦੇਵਾਂਗਾ ਮੈਂ ਬਸ ਤੂੰ ਸਥਿਤੀ ਐਵੇਂ ਰੱਖ ਇੱਥੋਂ ਸਮਝੋ ਬਰਬਾਦੀ ਸ਼ੁਰੂ ਹੋ ਗਈ ਗੁਲਾਮੀ ਗੁਰੂ ਬਾਬਾ ਜੀ ਨੇ ਕਿਹਾ ਕਰਤਾਰ ਦੀ ਕੁਦਰਤ ਦਾ ਨਜ਼ਰ ਦੇਖ ਕਿਤੇ ਐਸੇ ਵਕਤ ਵੀ ਹੁੰਦੇ ਜਦੋਂ ਬਿਲਕੁਲ ਬਾਗੇ ਫਿਰਦੌਸ ਨੱਚਦੀ ਹੁੰਦੀ ਬਹਾਰਾਂ ਆਉਂਦੀਆਂ ਕਿਤੇ ਐਸਾ ਵਕਤ ਵੀ ਹੁੰਦਾ ਜਦੋਂ ਬਿਲਕੁਲ ਜਿਹੜਾ ਹੈ ਮਾਰੂਥਲ ਕਹਿ ਲਓ ਕਿ ਬਿਲਕੁਲ ਜਿਹੜਾ ਸਭ ਕੁਝ ਬਰਬਾਦ ਤੇ ਤਬਾਹ ਹੋ ਜਾਂਦਾ ਦੋਨਾਂ ਰੂਪਾਂ ਨੂੰ ਮਹਾਰਾਜ ਕਹਿੰਦੇ ਇੱਕ ਸੁਰਤਿ ਚ ਇੱਕ ਨਜ਼ਰੇ ਚਮਾਨ ਜਿਹੜੀ ਆਹ ਚੀਜ਼ ਹੈ ਆ ਇਸ ਨੂੰ ਕਹਿ ਲਓ ਕਿ ਅਸੀਂ ਉਹਦੇ ਚੋਜ ਨੂੰ ਮਾਰ ਰਹੇ ਹਾਂ ਇਥੋਂ ਚੋਜੀ ਨਾਮ ਉਹਦਾ ਸਾਨੂੰ ਮਤਲਬ ਕਹਿਣ ਵਾਸਤੇ ਸਾਡੀ ਸੁਰਤ ਆਵਾਜ਼ ਦਿੰਦੀ ਹੁਣ ਚੋਜੀ ਕਹਿਆ ਉਸਨੇ ਚੋਜ ਹੈ ਉਸਦਾ ਮੈਂ ਇਨੀ ਇੱਕ ਬਾਤ ਤੋਂ ਬਾਅਦ ਇਤਿਹਾਸ ਚੁੱਕ ਐਗਜ਼ਾਮਪਲ ਲੈ ਕੇ ਆਉਣਾ ਕਿਉਂਕਿ ਚੀਜ਼ਾਂ ਦੀ ਪਕੜ ਆ ਸਕੇ ਤਾਂ ਨਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਤਲਬ ਅ ਜਦੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਪੜਦੇ ਆ ਤੇ ਤਾਂ ਨਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਵਡਿਆਈ ਦੇ ਵਿੱਚ ਕੁਝ ਬਾਤ ਕਹਿੰਦੇ ਨੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਹੱਕਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੋ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਨशाह ਗੁਰੂ ਗੋਬਿੰਦ ਸਿੰਘ ਕਹਿੰਦੇ ਬੜੇ ਸ਼ਾਹ ਵੇਖੇ ਹੋਣਗੇ ਤੁਸੀਂ ਜਿਸ ਦਿਨ ਕਿਤੇ ਸ਼ਾਹਾਂ ਦੇ ਸ਼ਾਹ ਸ਼ਹਨਸ਼ਾਹਾਂ ਦੇ ਸ਼ਹਨਸ਼ਾਹ ਨੂੰ ਦੇਖਣਾ ਹੋਵੇ ਨਾ ਉਹ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਖਿਆ ਜੇ ਸ਼ਾਹੇ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ ਮਤਲਬ ਬੇਕਸਾਰਾਂ ਯਾਰ ਗੁਰੂ ਗੋਬਿੰਦ ਸਿੰਘ ਲੋਕੀ ਕਹਿੰਦੇ ਕਿਸੇ ਨੇ ਯਾਰ ਬਣਾਉਣਾ ਹੋਵੇ ਨਾ ਕਦੇ ਤੇ ਪਾਈਨੰਦ ਲਾਲ ਜੀ ਕਹਿੰਦੇ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੈਰ ਫੜੀ ਉਹਨੂੰ ਕਹੀ ਪਾਤਸ਼ਾ ਤੂੰ ਮੇਰਾ ਯਾਰ ਬਣ ਕੇ ਤਾ ਤੇ ਜਿਨ੍ਹਾਂ ਨੇ ਗੁਰੂ ਨਾਲ ਦੋਸਤੀ ਲਾਈ ਕੋਟਲਾ ਨਿਹੰਗ ਖਾਨ ਮੈਂ ਕਹਿੰਦਾ ਯਾਰੀ ਲਾਇ ਤੇ ਕੋਈ ਐਵੇਂ ਲਾਏ ਦੇਖੋ ਤੁਸੀਂ ਮਹਾਰਾਜ ਨਾਲ ਸਾਝ ਸਾਝ ਪਾਈ ਜਦੋਂ ਪੂਰੀ ਦੁਨੀਆ ਬਰ ਖਲਾਫਤ ਚ ਖੜੀ ਏ ਮਹਾਰਾਜ ਕੋਟਲਾ ਨਿਹੰਗ ਖਾਨ ਦੀ ਹਵੇਲੀ ਦੇ ਸਾਹਮਣੇ ਜਾਂਦੇ ਨੇ ਦਰਵਾਜ਼ੇ ਖੋਲ ਕੇ ਜੀ ਆਇਆਂ ਕਹਿੰਦਾ ਅੰਦਰ ਬੁਲਾਉਂਦਾ ਮਹਾਰਾਜ ਕੋਟਲਾ ਨਿਹੰਗ ਖਾਨ ਤੈਨੂੰ ਅਹਿਸਾਸ ਨਹੀਂ ਅਸੀਂ ਹਕੂਮਤ ਦੇ ਬਾਗੀਆਂ ਹੁਕ ਮਹਾਰਾਜ ਨੂੰ ਕੋਟਲਾ ਨਿਹੰਗ ਖਾਨ ਕਹਿੰਦਾ ਨਹੀਂ ਪਾਦਸ਼ਾ ਮਾਫੀ ਚਾਹਾਂਗਾ ਤੁਹਾਡੇ ਲਫ਼ਜ਼ ਇਹ ਨਹੀਂ ਹੋਣੇ ਚਾਹੀਦੇ ਤੁਹਾਡੇ ਲਫ਼ਜ਼ ਇਹ ਹੋਣੇ ਚਾਹੀਦੇ ਨੇ ਤੁਸੀਂ ਮੇਰੇ ਮਹਿਮਾਨ ਹੋ ਮੈਨੂੰ ਨਹੀਂ ਕੇਰ ਹਕੂਮਤ ਦੇ ਬਾਗੀਓ ਕੀ ਹੋ ਜਿਹੜਾ ਮੇਰਾ ਮਹਿਮਾਨ ਜਿਹੜਾ ਮੇਰਾ ਦੋਸਤ ਹੈ ਜੋ ਮੇਰੀ ਸਾਝ ਰੱਖਣ ਵਾਲਾ ਮੇਰੇ ਮੈਨੂੰ ਇਸ ਰੂਪ ਵਿੱਚ ਨੇ ਸਾਝ ਦਿੱਤੀ ਹੈ ਉਸ ਤੇ ਅੱਗੇ ਸਭ ਕੁਝ ਨਹੀਂ ਮੈਂ ਜਾਂਦਾ ਚੁੱਕ ਜਾਂਦਾ ਛੋਟਾ ਹੋ ਜਾਂਦਾ ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ ਸ਼ਾਹ-ਏ-ਸ਼ਹਨशाह ਗੁਰੂ ਗੋਬਿੰਦ ਸਿੰਘ ਆ ਰਾਜਾ ਅਜਮੇਰ ਚੰਦ ਇਹਦਾ ਇੱਕ ਏਲਚੀ ਸੀਗਾ ਪੰਮਾ ਪ੍ਰੋਹਤ ਤੁਸੀਂ ਸ਼ਾਇਦ ਨਾਮ ਸੁਣਿਆ ਇਤਿਹਾਸ ਦੇ ਵਿੱਚ ਇਹ ਗੁਰੂ ਮਹਾਰਾਜ ਕੋਲ ਕਈ ਵਾਰੀ ਆਇਆ ਕਈ ਵਾਰੀ ਮਤਲਬ ਗੁਰੂ ਸਾਹਿਬ ਨਾਲੇ ਗੱਲਬਾਤ ਕਰਦਾ ਰਹਿੰਦਾ ਤੇ ਉਹਦੇ ਵਿੱਚ ਮੋਸਟਲੀ ਅਜਮੇਰ ਚੰਦ ਦਾ ਸੁਨੇਹਾ ਲੈ ਕੇ ਆਉਂਦਾ ਜਿਸ ਗੁਰੂ ਬਾਪੂ ਨੇ ਹਮੇਸ਼ਾ ਕਿਹਾ ਵੀ ਪਾਈ ਜਿਹੜਾ ਸ਼ਮਸ਼ੀਰ ਦੇ ਦਸਤੇ ਨੂੰ ਹੱਥ ਪਾਉਣਾ ਇਹ ਤਾਂ ਅਖੀਰ ਆ ਇਹ ਕੋਈ ਮਤਲਬ ਆਮ ਹਾਲਤਾਂ 'ਚ ਨਹੀਂ ਹੁੰਦਾ ਜਦੋਂ ਕੋਈ ਹਰਬਾ ਰਹਿ ਹੀ ਨਾ ਜਾਏ ਜਦੋਂ ਤੱਕ ਥੋੜੀ ਜਿਹੀ ਕਿਤੇ ਗੁੰਜਾਇਸ਼ ਬਾਕੀ ਹੈ ਕਿਸੇ ਗੱਲਬਾਤ ਦੀ ਕਿਸੇ ਹੋਰ ਮਿਲਵਰਤਨ ਦੀ ਗੁਰੂ ਸਾਹਿਬ ਨੇ ਕਿਹਾ ਉਹੀ ਵਰਤਨੀ ਹੈ ਜੰਗ ਤੇ ਅਖੀਰ ਹੈ ਬਿਲਕੁਲ ਜਦੋਂ ਬਿਲਕੁਲ ਫਨਾ ਫਿਲਾਹ ਹੋ ਜਾਏ ਸਭ ਕੁਝ ਸੋ ਮਹਾਰਾਜ ਗੱਲਬਾਤ ਅਖੀਰ ਤੱਕ ਕਰਦੇ ਰਹੇ ਇਵਨ ਜੰਗ ਦੇ ਸਮੇਂ ਦੇ ਵਿੱਚ ਵੀ ਔਰੰਗਜ਼ੇਬ ਨਾਲ ਚਿੱਠੀ ਪੱਤਰੀ ਹੋਣ ਲੱਗ ਗਈ ਸ਼ੁਰੂ ਹੋ ਗਈ ਸਭ ਚੀਜ਼ਾਂ ਹੋ ਗਈਆਂ ਇਹ ਪੰਮਾਪੁਰੋਹ ਤੱਕ ਸਰ ਆਉਂਦਾ ਮਹਾਰਾਜ ਕੋਲ ਗੱਲਬਾਤ ਕਰਨ ਵਾਸਤੇ ਅਜਮੇਰ ਚੰਦ ਦੀ ਪਹਾੜੀਆਂ ਦਾ ਏਲਚੀ ਬਣ ਕੇ ਇੱਕ ਵਾਰੀ ਅਜਮੇਰ ਚੰਦ ਨੇ ਬਕਾਇਦਾ ਤੌਰ ਤੇ ਕਿਹਾ ਵੀ ਪੰਮਾ ਤੂੰ ਜਾਣਾ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਤੇ ਉਹਨਾਂ ਦੀ ਵਡਿਆਈ ਬੜੀ ਸੁਣੀ ਹੈ ਸੁਣਿਆ ਹੈ ਕਿ ਉਹਨਾਂ ਦੀ ਸ਼ਹਿਨਸ਼ਾਹੀਅਤ ਦੇ ਸਾਹਮਣੇ ਕੋਈ ਹੋਰ ਮਤਲਬ ਟਿਕਦਾ ਨਹੀਂਗਾ ਐਡਾ ਇਨਾ ਉਹਨਾਂ ਦਾ ਜਾਹੋ ਜਲਾਲ ਆ ਪੰਮੇ ਤੂੰ ਦੇਖ ਕੇ ਆ ਜਾ ਅਸੀਂ ਮਹਾਰਾਜ ਦੀ ਜਿਨੀ ਸ਼ਾਨੋ ਸ਼ੌਕਤ ਆ ਜਾਹੋ ਜਲਾਲ ਆ ਉਹਨੂੰ ਕਾਪੀ ਕਰ ਲਵਾਂਗੇ ਜਾਂ ਉਹਦੇ ਤੋਂ ਥੋੜਾ ਵਧਾ ਲਵਾਂਗੇ ਜਿੰਨੀ ਕਿ ਗੁਰੂ ਸਾਹਿਬ ਦੀ ਸ਼ਾਨੋ ਸ਼ੌਕਤ ਦੀ ਚਰਚਾ ਉਦੋਂ ਬਾਅਦ ਸਾਡੀ ਚਰਚਾ ਹੋ ਜਾਏਗੀ। ਇਹੀ ਹੈ ਨਾ ਆਪਾਂ ਐਜ਼ ਇਟ ਇਜ਼ ਡਿੱਟੋ ਕਾਪੀ ਕਰ ਲਵਾਂਗੇ, ਕੁਝ ਚੀਜ਼ਾਂ ਵਧਾ ਲਵਾਂਗੇ ਤੇ ਗੱਲ ਬਣ ਜਾਏਗੀ। ਅੱਛਾ ਪੰਮਾ ਪ੍ਰੋਹਤ ਇਸ ਵਰੀ ਉਸ ਨੁਕਤਾ ਨਿਗਾਹ ਨਾਲ ਆਇਆ ਵੀ ਮੈਂ ਨਾ ਐਨ ਚੰਗੀ ਤਰ੍ਹਾਂ ਹਰ ਚੀਜ਼ ਨੂੰ ਜਿਹੜਾ ਕਾਪੀ ਕਰ ਲਵਾਂ ਚੰਗੀ ਤਰ੍ਹਾਂ ਦੇਖ ਲਵਾਂ ਤੇ ਜਾ ਕੇ ਕੰਪੈਰੀਟਿਵ ਲੈਵਲ ਤੇ ਅਜਮੇਰ ਚੰਦ ਨੂੰ ਜਾ ਕੇ ਦੱਸਾਂਗਾ। ਜਦੋਂ ਸਾਰਾ ਵੇਖ ਕੇ ਤੁਰ ਗਿਆ ਵਾਪਸ ਤੇ ਜਮੇਰ ਚੰਦ ਕਹਿੰਦਾ ਹਾਂ ਫਿਰ ਕੀ ਦੇਖ ਕੇ ਆਇਆ? ਤੇ ਮਹਾਰਾਜ ਦੀ ਜਿਹੜੀ ਰਤਬੇਦਾਰੀ ਉਹਨੇ ਦੇਖੀ ਹਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਕੀ ਤੇ ਚਲੋ ਗੱਲਾਂ ਛੱਡੋ ਜਿੱਥੇ ਕਵੀ ਚੰਨਨ ਸਿੰਘ ਵਰਗੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਵਰਗੀਆਂ ਨੰਦ ਲਾਲ ਜੀ ਵਰਗੀਆਂ ਰੂਹਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਐਸੇ-ਐਸੇ ਤਰਾਨੇ ਲਿਖ ਰਹੀਆਂ ਨੇ ਦੁਨੀਆ ਦੇ ਮਹਾਰਾਨ ਫਿਲਾਸਫਰ ਗੁਰੂ ਬਾਬਾ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਰਹੇ ਨੇ ਮਹਾਰਾਜ ਦੇ ਕੋਲ ਜੰਗਜੂ ਯੋਧੇ ਮਤਲਬ ਕੀਆ ਕਮਾਲ ਹੈ ਇੱਕ ਤੋਂ ਇੱਕ ਪਏ ਨੇ ਸ਼ਾਨੋ ਸ਼ੌਕਤ ਵਿੱਚ ਦੇਖਣਾ ਹੋਏ ਤੇ ਸਿੱਕਿਮ ਦੇ ਰਾਜੇ ਨੇ ਜੋ ਕਿ ਤਨਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਮੁਲਾਕਾਤ ਹੋਈ ਉਹਦਾਂ ਦੀ ਤੇ ਉਹਨਾਂ ਨੇ ਮਹਾਰਾਜ ਕੁਲਾਕਰ ਰਜੋਈ ਗੁਜਾਰੀ ਮਹਾਰਾਜ ਨੇ ਅਰਦਾਸ ਕੀਤੀ ਅਕਾਲ ਪੁਰਖ ਵਾਹਿਗੁਰੂ ਤੇ ਉਹਨਾਂ ਦੇ ਘਰ ਬੇਟੇ ਦੀ ਆਮਦ ਹੋਈ ਇਹ ਜਿਹੜੀ ਰਾਮ ਸਿੰਘ ਵਾਲੀ ਟ੍ਰੀਟੀ ਕਰਵਾਈ ਸੀ ਅਸਾਮੀਆਂ ਕਬੀਲਿਆਂ ਦੇ ਨਾਲ ਟ੍ਰਾਈਬਸ ਦੇ ਨਾਲ ਜਿਹਦਾ ਰਿਕਾਰਡ ਮਿਲਦਾ ਪੂਰੀ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਵਾਈ ਸੀ ਔਰੰਗਜ਼ੇਬ ਦੇ ਸਮੇਂ ਚ ਤੇ ਉਹ ਜਦੋਂ ਉਹਦੇ ਘਰ ਬੇਟਾ ਪੈਦਾ ਹੋਇਆ ਤੇ ਫਿਰ ਉਹ ਬੜੀ ਵੱਡੀ ਭੇਟਾ ਲੈ ਕੇ ਤੋਂ ਉਸ ਭੇਟਾ ਦੇ ਵਿੱਚ ਹੀ ਬਿਲਕੁਲ ਚਿੱਟੇ ਰੰਗ ਦਾ ਹਾਥੀ ਜਿਹਨੂੰ ਪ੍ਰਸਾਦੀ ਹਾਥੀ ਕਿਹਾ ਜਾਂਦਾ ਸੀਗਾ ਇਹ ਬਕਾਇਦਾ ਤੌਰ ਤੇ ਉਹਨਾਂ ਨੇ ਬੜੇ ਜਿਹੜਾ ਲਾੜ ਪਿਆਰਾਂ ਕੋਈ ਪਹਾੜੀ ਇਲਾਕਾ ਇੱਥੇ ਹਾਥੀ ਬਹੁਤ ਹੁੰਦੇ ਉਹਨਾਂ ਨੇ ਬਕਾਇਦਾ ਤੌਰ ਤੇ ਬੱਚਾ ਲੈ ਕੇ ਉਹਨੂੰ ਪਾਲਿਆ ਮਹਾਵਤ ਕੋਲੋਂ ਸਿਖਾਇਆ ਤੇ ਉਹ ਲਿਜਾ ਕੇ ਗੁਰੂ ਮਹਾਰਾਜ ਦੀ ਅਰਪਤ ਕੀਤਾ ਭੇਟਾ ਕੀਤਾ ਤੇ ਇਹਦੀ ਖਾਸੀਅਤ ਇਹ ਸੀਗੀ ਕਿ ਇਹ ਇੱਕ ਤੇ ਅਸਵਾਰ ਨੂੰ ਐਨ ਆਪੀ ਸੁੰਡ ਨਾਲ ਚੱਕ ਕੇ ਉੱਤੇ ਬਿਠਾ ਲੈਂਦਾ ਸੀਗਾ ਦੂਸਰਾ ਇਹ ਨਮਸਕਾਰ ਕਰਦਾ ਸੀ ਦੋਨੋਂ ਪੈਰ ਝੁਕਾ ਕੇ ਕਮਾਲ ਕਰ ਦਿੰਦਾ ਸੀ ਕਿਉਂ ਉਹਨਾਂ ਨੇ ਕਿਹਾ ਗੁਰੂ ਮਹਾਰਾਜ ਕੋਲ ਲੈ ਕੇ ਜਾਣਾ ਸਜਦਾ ਤੇਰੇ ਤੋਂ ਕਰਵਾਉਣਾ ਇਸ ਰੂਪ ਦੇ ਵਿੱਚ ਤੀਸਰੀ ਖਾਸੀਅਤ ਇਹ ਸੀ ਕਿ ਸੁੰਡ ਦੇ ਵਿੱਚ ਚੌਰ ਇਸ ਤਰੀਕੇ ਨਾਲ ਪਕੜ ਕੇ ਤੇ ਚੌਰ ਚੁਲਾਉਂਦਾ ਹੁੰਦਾ ਸੀ ਇਸ ਦੇ ਨਾਲ ਆਪਣੀ ਸੁੰਡ ਦੇ ਨਾਲ ਡੋਲ ਫੜ ਕੇ ਇਸ ਤਰੀਕੇ ਨਾਲ ਤੇ ਹੱਥ ਪੈਰ ਧਵਾਉਂਦਾ ਸੀ ਗੁਰੂ ਸਾਹਿਬ ਦੇ ਹੱਥ ਧਵਾਦਨੇ ਪੈਰ ਧਵਾਦਨੇ ਮਤਲਬ ਇਸ ਤਰੀਕੇ ਦੇ ਨਾਲ ਮਹਾਰਾਜ ਦੇ ਸਾਹਮਣੇ ਜਿਵੇਂ ਕੋ ਪੈਟ ਹੁੰਦਾ ਇਹ ਚੀਜ਼ ਫਿਰ ਗੁਰੂ ਸਾਹਿਬ ਦੀਆਂ ਸ਼ਾਨਾਂ ਮਤਲਬ ਕੀ ਕਮਾਲ ਹੈ ਬਾਕੀ ਤੇ ਗੱਲਾਂ ਛੱਡੋ ਜਿਹਦੇ ਤੀਰਾਂ ਦੇ ਅੱਗੇ ਸੋਨਾ ਲੱਗਦਾ ਹੋਏ ਤੇ ਜਿਹਨੂੰ ਮਹਾਰਾਜ ਆਪ ਕਾਨੀਆਂ ਆਪਣੀਆਂ ਆਪ ਬਣਾਉਂਦੇ ਸੀ ਮੋਸਟਲੀ ਤੇ ਉਹ ਸੋਨੇ ਦੀ ਕਣੀ ਜਿਹੜੀ ਸੀਗੀ ਆਪ ਉਹਦੇ ਕੇ ਬਲੇਟ ਕੇ ਲਾਉਂਦੇ ਸੀ ਇਸ ਤਰੀਕੇ ਦੇ ਨਾਲ ਮਤਲਬ ਐਸੀ ਹਸਤੀ ਉਸ ਰੂਪ ਦੇ ਵਿੱਚ ਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਐਸੀ ਸ਼ਾਨੋ ਸ਼ੌਕਤ ਉਹਨਾਂ ਦੀ ਇਹ ਸਾਰੀ ਵੇਖ ਕੇ ਜਦੋਂ ਪੱਬਾ ਪ੍ਰੋਹਤ ਗਿਆ ਤੇ ਉਹ ਜਾ ਕੇ ਪੁੱਛਦਾ ਅਜ ਮੇਰ ਚੰਦ ਵੀ ਕੈਸੀ ਸ਼ਾਨ ਹੈ ਆਪਾਂ ਉਸ ਤਰੀਕੇ ਨਾਲ ਕਾਪੀ ਕਰਾਂਗੇ ਪੱਬਾ ਪ੍ਰੋਹਤ ਕਹਿੰਦਾ ਕਹਿੰਦਾ ਰਾਜਾ ਸਾਹਿਬ ਗੱਲ ਇਹ ਐ ਤੁਹਾਡੇ ਤੁਸੀਂ ਰਾਜਾ ਹੋ ਕਹਿੰਨ ਲਗੇ ਹਾਂ ਮੈਂ ਰਾਜਾ ਤੁਹਾਡੇ ਪਿਤਾ ਜੀ ਕਹਿੰਦੇ ਕੋ ਵੀ ਰਾਜਾ ਸੀ ਉਹਦੇ ਪਿਤਾ ਜੀ ਕਹਿੰਦੇ ਉਹ ਵੀ ਰਾਜਾ ਸੀ ਕਿਨ ਉਹਦੇ ਪਿਤਾ ਜੀ ਕਹਿੰਦੇ ਉਹ ਵੀ ਰਾਜਾ ਸੀ ਕਹਿੰਨ ਲਗਾ ਠੀਕ ਐ ਕਹਿੰਦਾ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਤੁਹਾਡੀਆਂ ਪੁਸ਼ਤਾ ਪਿੱਛੋਂ ਤੁਰੀਆਂ ਆਉਂਦੀਆਂ ਨੇ ਰਾਜਿਆਂ ਦੇ ਤੌਰ ਤੇ ਘੱਟੋ ਘੱਟ ਇੰਨੀਆਂ 10 12 ਪੁਸ਼ਤਾ ਹੋਰ ਰਾਜਿਆਂ ਦੀ ਤਰ੍ਹਾਂ ਰਹਿਣ ਤੂੰ ਮਰਜੇਗਾ ਤੇਰੇ ਬੱਚੇ ਮਰਜਣ ਉਸ ਉਸ ਅਗਾਗਾ ਇਸ ਰੂਪ ਦੇ ਵਿੱਚ ਇਹ ਸਾਰਾ ਕੁਝ ਕਰ ਕਰਾ ਕੇ ਜਿੰਨਾ ਕੋਈ ਤੁਸੀਂ ਇਕੱਠਾ ਕਰੋ ਲੱਬੋ ਲਬਾਬ ਸਭ ਸਾਜੋ ਸਮਾਨ ਸ਼ਾਨੋ ਸ਼ੌਕ ਤੋਂ ਸਾਰੀ ਵੀ ਰਲ ਆ ਲਈ ਜਾਏ ਤਾਂ ਵੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਾਨ ਦੇ ਤੁਸੀਂ ਪਾਸਕੂ ਨਹੀਂ ਪੈਂਦੇ ਅਜਮੇਰ ਚੰਦ ਕਹਿੰਦਾ ਸੱਚ ਕਹਿਣ ਲੱਗਾ ਜੀ ਸੱਚ ਪਾਸਕੂ ਨਹੀਂ ਪੈਂਦੇ ਅਜੇ ਮੈਂ ਗੱਲ ਕੀਤੀ ਹੈ ਸਿਰਫ ਮਜ਼ਾਜ਼ੀ ਰੂਪ ਦੇ ਸੰਸਾਰੀ ਤੌਰ ਤੇ ਜੇ ਰੂਹਾਨੀ ਤੌਰ ਤੇ ਬਾਤ ਕਰਾਂ ਨਾ ਤੇ ਜਦੋਂ ਤੁਸੀਂ ਦੇਖਦੇ ਹੋ ਜਿੱਥੋਂ ਅਨੰਦਪੁਰ ਸਾਹਿਬ ਦੀਆਂ ਜੂਹਾਂ ਸ਼ੁਰੂ ਹੁੰਦੀਆਂ ਨੇ ਉਥੋਂ ਸਜਦੇ ਕਰਨ ਵਾਲਿਆਂ ਦੀ ਗਿਣਤੀ ਨਹੀਂ ਬੁੱਕਦੀ ਉਥੋਂ ਸਜਦੇ ਕਰਨ ਵਾਲੇ ਧੂੜ ਹੀ ਚੁੱਕ ਚੁੱਕ ਕੇ ਮੱਥੇ ਨੂੰ ਲਾਉਂਦੇ ਨੇ ਲੱਗਦਾ ਆ ਗੁਰੂ ਗੋਬਿੰਦ ਸਿੰਘ ਸਾਹਿਬ ਸਿਰਫ ਦੁਨੀਆ ਦੇ ਬਾਦਸ਼ਾਹ ਨਹੀਂ ਉਹ ਦੀਨ ਦੀ ਪਾਤਸ਼ਾਹਤ ਮੰਨਦੇ ਨੇ ਉਹ ਇੰਨਾ ਸੰਗਤਾਂ ਦੇ ਇੰਨੀ ਮਾਨਵਤਾ ਦੇ ਦਿਲੇ ਦਿਲਾਵਰ ਨੇ ਉਹ ਦਿਲਾਂ ਦੇ ਬਾਦਸ਼ਾਹ ਨੇ ਉਸ ਰਾਜੇ ਨੂੰ ਉਸ ਮਹਾਰਾਜੇ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਨੂੰ ਕਿਵੇਂ ਕਾਪੀ ਕਰੋਗੇ ਏ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਹਿੰਦੇ ਫਿਰ ਕਮਾਲ ਇਹ ਹੈ ਇਤਨਾ ਵੱਡਾ ਬਾਦਸ਼ਾਹ ਤੇ ਜੀਵਨਿਆਪਨ ਦਰਵੇਸ਼ ਰੂਪ ਦੇ ਵਿੱਚ ਇੱਕ ਜ਼ਰਾ ਜਿੰਨਾ ਵੀ ਰੇਸ਼ਾ ਨੀਗਾ ਉਹਦੇ ਵਿੱਚ ਆਂਗ ਦਾ ਕਿਤੇ ਇਹ ਪੁੱਛਿਆ ਵੀ ਹੋਏ ਮੈਨੂੰ ਇੱਕ ਵਾਰੀ ਵੀ ਪਮਿਆ ਤੇਰੇ ਰਾਜੇ ਕੋਲ ਸਾਡੇ ਨਾਲ ਕੋਈ ਕੀਮਤੀ ਚੀਜ਼ ਤੇ ਨਹੀਂ ਆਪਾਂ ਵੀ ਲੈ ਆਈਏ ਕਹਿੰਦਾ ਅੰਦਰੋਂ ਵੀ ਰਾਜਾ ਹੀ ਹੈ ਅੰਦਰੋਂ ਬਾਦਸ਼ਾਹ ਆ ਭਰਿਆ ਪਿਆ ਉਨੇ ਕਿਸੇ ਨੂੰ ਕਾਪੀ ਨਹੀਂ ਕਰਨਾ ਉਹਨੇ ਕਿਸੇ ਨੂੰ ਨੀਵਾ ਨਹੀਂ ਵਿਖਾਉਣਾ ਉਹ ਆਪਣੇ ਆਪ ਵਿੱਚ ਹੀ ਆਪਣਾ ਮਾਲ ਆਪਣਾ ਰੁਤਬਾ ਆਪ ਰੱਖਦਾ ਹੈ ਅਸੀਂ ਬਚਨ ਪੜ੍ਹਨਾ ਜੇਵੜ ਭਾਵ ਹੈ ਦੇਵੜ ਹੋਏ ਨਾਨਕ ਜਾਣ ਹੁਣ ਉਹ ਤੇ ਆਪ ਹੀ ਜਾਣਦਾ ਉਹਦੇ ਰੁਤਬੇ ਨੂੰ ਅਸੀਂ ਉਹਦੇ ਰੁਤਬੇ ਨੂੰ ਕੀ ਬਿਆਨ ਕਰਾਂਗੇ ਕੀ ਰੁਤਬਾ ਉਹਦਾ ਦਿਗਰ ਹੈ ਕਿਸ ਰੂਪ ਦੇ ਵਿੱਚ ਖੈਰ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਐਸੀ ਹਸਤੀ ਅੱਛਾ ਚਲੋ ਸਮਾਪਤਿਤ ਹੋਇਆ ਆਪਣੀ ਜਾਚ ਤੇ ਕੁਦਰਤ ਨੇ ਉਹ ਮੰਜ਼ਰ ਵੀ ਵਿਖਾਇਆ ਜਦੋਂ ਬਾਪੂ ਚਮਕੌਰ ਤੋਂ ਨਿਕਲਿਆ ਤੇ ਮਾਛੀਵਾੜੇ ਤੱਕ ਕੱਲਾ ਹੀ ਗਿਆ ਜਿਹਦੇ ਅੱਗੇ ਪਿੱਛੇ ਮਤਲਬ ਸ਼ਾਨੋ ਸ਼ੌਕਤ ਦੇ ਜਾਹੋ ਜਲਾਲ ਦੇ ਇਸ ਤਰੀਕੇ ਨਾਲ ਲਸ਼ਕਰ ਘੁੰਮਦੇ ਸੀਗੇ ਅੱਜ ਕੱਲਾ ਹੀ ਹੈ ਤੇ ਕੱਲਾ ਹੀ ਨਹੀਂਗਾ ਇਸ ਰੂਪ ਦੇ ਵਿੱਚ ਪਾਇਰਾਂ ਚ ਜੋੜਾ ਵੀ ਨਹੀਂਗਾ ਕਪੜੇ ਵੀ ਲੀਰੋ ਲੀਰ ਨੇ ਬਿਲਕੁਲ ਸਭ ਕੁਝ ਤਰਤੀ ਦਾ ਮਤਲਬ ਹੌਣ ਦੇ ਬਾਵਜੂਦ ਸਭ ਕਾਸੇ ਨੂੰ ਤਿਆਗ ਕੇ ਤੇ ਬਿਲਕੁਲ ਬੇਪਰਵਾਹ ਉਸ ਰੂਪ ਦੇ ਚ ਜਾ ਰਿਹਾ ਹੈ ਉੱਥੇ ਜਾ ਕੇ ਦੇਖੋ ਕਈ ਵਾਰੀ ਕੈਸਾ ਮੰਜ਼ਰ ਹੈ ਮੈਂ ਸੋਚਦਾ ਹਾਂ ਮਾਛੀਵਾੜੇ ਦੇ ਜੰਗਲ ਦੇ ਵਿੱਚ ਅੱਜ ਉਹ ਟਿੰਡ ਦਾ ਸਹਾਰਾ ਸਰਹਾਣਾ ਰੱਖ ਕੇ ਸਰੂਪ ਦੇ ਵਿੱਚ ਕੱਲਾ ਹੀ ਧਰਤੀ ਨੂੰ ਨਵਾਜ ਰਿਹਾ ਸਾਰੀ ਨੂੰ ਕਦੀ ਮੰਜ਼ਰ ਕਰੋ ਸਰੂਪ ਦੇ ਵਿੱਚ ਕੱਲਾ ਹੀ ਧਰਤੀ ਤੇ ਪਿਆ ਸਤਿਗੁਰੂ ਬਿਰਖ ਬਾਣ ਸਭ ਉਸ ਮੰਜ਼ਰ ਆਮ ਨੂੰ ਸਾਰੇ ਨੂੰ ਮਾਣ ਰਹੇ ਨੇ ਉਸ ਰੂਪ ਦੇ ਵਿੱਚ ਤੇ ਜੇ ਕੋਈ ਪੁੱਛਦਾ ਆ ਕੇ ਵੀ ਪਾਤਸ਼ਾਹ ਆ ਤੇ ਠੀਕ ਨਹੀਂ ਹੋਇਆ ਤੋ ਕਹਿੰਦਾ ਨਹੀਂ ਨਹੀਂ ਇਹ ਚੋਜ ਆਦਾ ਇਹ ਚੋਜਿਆ ਦਾ ਉਹ ਵੀ ਚੋਜ ਸੀ ਇਹਦਾ ਇਹ ਵੀ ਚੋਜਿਆ ਦਾ ਆ ਦੋਨੋਂ ਰੂਪ ਜਿਹੜੇ ਨੇ ਨਾ ਇੱਥੇ ਜਾ ਕੇ ਚੋਜੀ ਦਾ ਪਤਾ ਲੱਗਦਾ ਬਾਣੀ ਚ ਕਿਦੋਂ ਸ਼ਬਦ ਕਹਿੰਦਾ ਫਿਰ ਇਸ ਰੂਪ ਰੂਪ ਨੂੰ ਥੋੜਾ ਅੱਗੇ ਤੋਰਦਾ ਗੁਰੂ ਅਰਜਨ ਸਾਹਿਬ ਦਾ ਸ਼ਬਦ ਆ ਉਥਾਨ ਕਾਹ ਕਹਿੰਦੀ ਹੈ ਕਿ ਜਦਨ ਸਾਈ ਮੀਆਂ ਮੀਰ ਦੀ ਪੇਸ਼ ਨਹੀਂ ਗਈ ਲਾਹੌਰ ਦੇ ਵਿੱਚ ਤੇ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਆਖਰਕਾਰ ਸਾਈ ਜੀ ਬੜਾ ਪਿਆਰ ਕਰਦੇ ਸਾਬ ਨੂੰ ਤੇ ਅੱਜ ਜਿਹਨੂੰ ਇੰਨਾ ਇਸ਼ਕ ਕੀਤਾ ਹੋਏ ਉਹ ਅੱਖਾਂ ਦੇ ਸਾਹਮਣੇ ਉਹਦੀ ਸ਼ਹਾਦਤ ਹੋ ਰਹੀ ਹੈ ਅਲਟੀਮੇਟਲੀ ਪੇਸ਼ ਕਿਵੇਂ ਜਾਏ ਦਿਲ ਨੂੰ ਫਿਰ ਉਹਦੇ ਤੇ ਗਿਲਾ ਆ ਗਿਲਾ ਇਸ ਕਰਕੇ ਆ ਕਿ ਤੂੰ ਸਭ ਕਾਸਦਾ ਤੇ ਮਾਲਕ ਆ ਕਿਉਂ ਨਹੀਂ ਆਪਣਾ ਰੰਗ ਵਿਖਾਉਂਦਾ ਐਵੇਂ ਥੋੜਾ ਹੁੰਦਾ ਆ ਤੂੰ ਤੂੰ ਆਪਣਾ ਬਿਲਕੁਲ ਜਹੋ ਜਲਾਲ ਵਿਖਾ ਪੂਰਾ ਤਸਰੂਪ ਦੇ ਵਿੱਚ ਆ ਜਾ ਗੁੱਸੇ ਚ ਇਟ ਨਾਲ ਇਟ ਖੜਕਾਈਏ ਇਹਨਾਂ ਦੀ ਤੇ ਉਹ ਬਿਲਕੁਲ ਸ਼ਾਂਤੀ ਦੇ ਪੁੰਜ ਆਰਾਮ ਨਾਲ ਜਿਹੜਾ ਹੈ ਤਤਵੀ ਤੇ ਬੈਠਿਓ ਸਰੂਪ ਦੇ ਵਿੱਚ ਜਿਵੇਂ ਉਹ ਹੀ ਕੁਛ ਨਹੀਂ ਰਿਹਾ ਸਾਈਂ ਜੀ ਇਸ ਗੱਲ ਤੋਂ ਬੜੇ ਅੰਦਰ ਤੜਪਦਾ ਆ ਤੇ ਮਹਾਰਾਜ ਨੂੰ ਪੁੱਛਦੇ ਨੇ ਅੱਛਾ ਚਲੋ ਮੇਰੀ ਗੱਲ ਛੱਡੋ ਮੈਂ ਤਾਂ ਤੜਪ ਰਿਆਂ ਅੱਛਾ ਤੁਸੀਂ ਤੁਸੀਂ ਉਸ ਵੱਡੇ ਦੇ ਇਸ਼ਕ ਚ ਖਿਵੇ ਹੋ ਮੈਂ ਤਾਂ ਤੁਹਾਡੇ ਪਿਆਰ ਚ ਖੀਵਾਂ ਨਾ ਮੈਂ ਤਾਂ ਗੁਰੂ ਭਗਤ ਆ ਤੁਸੀਂ ਤੇ ਕਰਤਾਰ ਦੀ ਭਗਤੀ ਕਰਦੇ ਹੋ ਸਾਨੂੰ ਕਰਤਾਰ ਦੀ ਭਗਤੀ ਚ ਲਾਉਂਦੇ ਹੋ ਅੱਛਾ ਗੱਲ ਇਹ ਹੈ ਅੱਜ ਉਹ ਤੁਹਾਡਾ ਕਰਤਾਰ ਉਹਨੂੰ ਤੁਸੀਂ ਆਪਣਾ ਮਿੱਤਰ ਸਮਝਦੇ ਹੋ ਦੋਸਤ ਸਮਝਦੇ ਹੋ ਜਿਵੇਂ ਮੈਂ ਤੁਹਾਨੂੰ ਦੋਸਤ ਸਮਝਦਾ ਆਪਣਾ ਚਲੋ ਤੁਹਾਡੇ ਨਾਲ ਕੁਝ ਵਾਪਰ ਰਿਹਾ ਮੇਰੇ ਦਿਲ ਦੇ ਉੱਤੇ ਗੁਜਰ ਰਹੀ ਮੈਂ ਜਾਣਦਾ ਪਰ ਤੁਹਾਡੇ ਨਾਲ ਤੇ ਆਪ ਵਾਪਰ ਰਹੀ ਹੈ ਤੇ ਉਹ ਕਰ ਰਿਹਾ ਹੈ ਉਹ ਕਰਾ ਰਿਹਾ ਤੁਸੀਂ ਕਹਿੰਦੇ ਉਹਦੇ ਹੁਕਮ ਵਿੱਚ ਹੁੰਦਾ ਸਾਰਾ ਕੁਝ ਉਹੀ ਕਰ ਰਿਹਾ ਨਾ ਉਹੀ ਕਰਾ ਰਿਹਾ ਹੁਣ ਤੇ ਘਟ ਤੋਂ ਕੁਝ ਗਿਲਾ ਤੇ ਕਰੋ ਉਹਦੇ ਨਾਲ ਸ਼ਿਕਵਾ ਤੇ ਕਰੋ ਹੋਰ ਕੁਝ ਨਹੀਂ ਇਹ ਤੇ ਕਹੋ ਓਏ ਤੈਨੂੰ ਇੰਨਾ ਪਿਆਰ ਕਰਦੇ ਆ ਤੂੰ ਸਾਡੇ ਨਾਲ ਐਵੇਂ ਕਰ ਰਿਹਾ ਐਵੇਂ ਤੇ ਕਹਿ ਦਿਓ ਹੋਇਆ ਕੀ ਉਥਾਨ ਕਾ ਕਹਿੰਦੀ ਸ਼ਬਦ ਉਚਰਿਤ ਕੀਤਾ ਮਹਾਰਾਜ ਤੇ ਬਿਆਨ ਕਰਦੇ ਮੈਂ ਮਹਾਰਾਜ ਕਹਿੰਦੇ ਸਾਈਂ ਤੁਸੀਂ ਇਹ ਪੁੱਛਦੇ ਹੋ ਮੈਨੂੰ ਬਚਨਿਆ ਮੀਤ ਕਰੈ ਸੋਈ ਹਮਮਾਨਾ ਮੈਂ ਮਿੱਤਰ ਉਹਨੂੰ ਮੰਨਿਆ ਆ ਮੈਂ ਮਿੱਤਰ ਉਹਨੂੰ ਬਣਾਇਆ ਮੀਤ ਕਰੈ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਜਿਹੜੇ ਮੀਤ ਮੇਰੇ ਦੇ ਕਰਤਬ ਨੇ ਨਾ ਉਹ ਬੜੇ ਕੁਸਲ ਨੇ ਕੁਸਲ ਦਾ ਮਤਲਬ ਨਾ ਕੌਸ਼ਲ ਵਾਲੇ ਮੈਨੂੰ ਨਹੀਂ ਪਤਾ ਉਹਦੇ 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 ਜਿਹੜੇ ਕਰਤਬ ਨੇ ਉਹਦੇ ਚ ਕੀ ਕੌਸ਼ਲ ਮੌਜੂਦ ਆ ਕਹੋ ਜਿਹਾ ਐਕਸਪਰਟਿਸ ਮੌਜੂਦ ਨੇ ਇਹ ਸੱਚ ਹੈ ਕਿ ਜਦੋਂ ਮਨੁੱਖਤਾ ਬਿਲਕੁਲ ਅਵੇਸਲੀ ਹੋ ਜਾਏ ਉਦੇਂਦਰ ਅਣਖ ਗੈਰਤ ਇੱਜ਼ਤ ਸਭ ਮੁੱਕ ਜਾਏ ਕਿਵੇਂ ਵਾਪਸ ਲਿਆਓਗੇ ਇਹਨੂੰ ਵਾਪਸ ਲਿਆਉਣਾ ਕੋਈ ਆਸਾਨ ਗੱਲ ਨਹੀਂ ਗੀ ਚੀਜ਼ਾਂ ਰਿਟਰੀਵ ਕਰਨੀਆਂ ਵਾਪਸੀ ਕਰਨੀਆਂ ਜੇ ਮੈਂ ਸੁਪੋਜ਼ ਕਰੋ ਜਦੋਂ ਨਾ ਹਾਰਟਬੀਟ ਬੰਦ ਹੋ ਜਾਂਦੀ ਬੰਦੇ ਦੀ ਤੇ ਜਦੋਂ ਉਹ ਖਾਸ ਕਰਕੇ ਉਹ ਫਰਸਟ ਏਡ ਦਿੰਦੇ ਨੇ ਉਸ ਉਸ ਰੂਪ ਦੇ ਵਿੱਚ ਆਪਨੇ ਦੇਖਿਆ ਹਣਾ ਸੀ ਪੀਆਰ ਵਗੈਰਾ ਦਿੰਦੇ ਨੇ ਜਦੋਂ ਤੇ ਪਹਿਲਾਂ ਤੇ ਹੱਥਾਂ ਨਾਲ ਐਵੇਂ ਫੋਰਸ ਕਰਦੇ ਨੇ ਪ੍ਰੈਸ਼ਰਾਈਜ਼ ਕਰਦੇ ਨੇ ਜਿਵੇਂ ਨਾਂ ਬਣੇ ਤੇ ਫਿਰ ਇਲੈਕਟ੍ਰਿਕ ਸ਼ੌਕ ਦਿੰਦੇ ਨੇ। ਇੱਕਦਮ ਇੰਨੀ ਜ਼ੋਰ ਲਾ ਕੇ ਦਿੰਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਪੂਰੀ ਬਾਡੀ ਜਿਹੜੀ ਚੰਚੋੜ ਕੇ ਰੱਖ ਦਿੰਦੇ ਇਸ ਤਰੀਕੇ ਦੇ ਨਾਲ। ਬੰਦਾ ਕਹਿੰਦਾ ਕਮਾਲ ਹੈ ਕੋਈ ਮਾਰਨਾ ਜੇ ਇਸ ਨੂੰ। ਉਹ ਇੰਨੇ ਵੱਡੇ ਰੂਪ ਦੇ ਵਿੱਚ ਅਸਲ ਦੇ ਵਿੱਚ ਮਾਰਨਾ ਨਹੀਂਗਾ ਮਰੇ ਨੂੰ ਜਿਉਂਦਿਆਂ ਕਰਨਾ ਆ। ਗੁਰੂ ਦਾ ਕਰਤੱਵ ਆ ਸੀਗਾ। ਗੁਰੂ ਮਹਾਰਾਜ ਕਹਿੰਦੇ ਇਹਨਾਂ ਲੋਕਾਂ ਦੀ ਅਣਖ ਮਰ ਗਈ ਹੈ, ਗੈਰਤ ਮਰ ਗਈ ਹੈ। ਇੱਜ਼ਤ ਮਰ ਗਈ ਹੈ ਇਹਨਾਂ ਨੂੰ ਭੁੱਲ ਹੀ ਗਿਆ ਆ ertidite ਜ਼ਾਲਮ ਦੇ ਜ਼ੁਲਮ ਦੇ ਸਾਹਮਣੇ ਝੁਕਣਾ ਨਹੀਂ ਜ਼ੁਲਮ ਦੇ ਸਾਹਮਣੇ ਖੜੇ ਹੋ ਜਾਣਾ ਹੈ ਜ਼ੁਲਮ ਦੇ ਸਾਹਮਣੇ ਉਹਨੂੰ ਰੋਕਣਾ ਹੈ ਇਹ ਚੀਜ਼ ਨੂੰ ਭੁੱਲ ਗਈ ਹੈ ਇਹ ਸਿਖਾਣੀ ਹੈ ਕਿਵੇਂ ਸਿਖਾਓਗੇ ਐਵੇਂ ਸਿਖਾਓਗੇ ਜਦੋਂ ਜ਼ੁਲਮ ਦਾ ਇਹ ਸਾਰਾ ਮੰਜ਼ਰ ਦਿਸੇਗਾ ਲੋਕਾਂ ਦੇ ਸਾਹਮਣੇ ਲੋਕਾਂ 'ਚ ਇੱਕ ਆਵਾਜ਼ ਆਏਗੀ ਆਵਾਜ਼-ਏ-ਖਲਕ ਤੇ ਆਵਾਜ਼-ਏ-ਖੁਦਾ ਬਣੇਗੀ ਤੇ ਇਹ ਜ਼ੁਲਮ ਦੀਆਂ ਹਨੇਰੀਆਂ ਰੁਕਣਗੀਆਂ ਆਸੀ ਮਹਾਰਾਜ ਦੱਕੋ ਅਸਲ ਵਿੱਚ ਸੰਦੇਸ਼ ਮਹਾਰਾਜ ਕਿੰਦੇ 사인 ਜੀ ਸਾਨੂੰ ਤੇ ਉਹਦਾ ਕੌਸ਼ਲ ਨਜ਼ਰ ਪੈ ਰਿਹਾ ਤੁਹਾਨੂੰ ਤੇ ਦਿਸ ਨਹੀਂ ਰਿਹਾ ਅਸੀਂ ਤੇ ਵੇਖ ਰਹੇ ਆ ਮੀਤ ਕਰੈ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏਕਾ ਟੇਕ ਮੇਰਾ ਮਨਚੀਤ ਜਿਸ ਕਿਚ ਕਰਨਾ ਸੁ ਹਮਰਾ ਮੀਤ ਜੋ ਕੁਝ ਵੀ ਕਰਨ ਕਰਾਉਣ ਵਾਲਾ ਸਾਡਾ ਮਿੱਤਰ ਹੀ ਆ ਸਾਡੇ ਮਿੱਤਰ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਪੱਤਾ ਨਹੀਂ ਹਿਲਦਾ ਉਹੀ ਹਲਾ ਰਿਹਾ ਸਾਰਾ ਕੁਝ ਮਹਾਰਾਜ ਉਹ ਹਲਾ ਰਿਹਾ ਹਾਂ ਇੰਨੀ ਸਖਤਾਈ ਇੰਨੇ ਇੰਨੇ ਵੱਡੇ ਤਰਦਦ ਦੇ ਵਿੱਚੋਂ ਸਭ ਕਹਿੰਦੇ ਬਸ ਇਹੀ ਉਹਦਾ ਹੁਕਮ ਹੈ ਸਾਰਾ ਅਸੀਂ ਉਹਨੂੰ ਇਸੇ ਰੂਪ ਵਿੱਚ ਮੰਨ ਕੇ ਬੈਠੇ ਹਾਂ ਆਹ ਹੈ ਜਿਹਨੂੰ ਉਹਦੇ ਚੋਜ ਨਜ਼ਰ ਪੈ ਜਾਣ ਤੇ ਜੋ ਚੋਜੀ ਨੂੰ ਮੰਨ ਲੇ ਕਿ ਏਕਾ ਟੇਕ ਮੇਰੇ ਮਨਜੀਤ ਜਿਸ ਕਿਛ ਕਰਨਾ ਸੋ ਹਮਰਾ ਮੀਤ ਮੀਤ ਹਮਾਰਾ ਬੇਪਰਵਾਹ ਉਹ ਪਰਵਾਹ ਨਹੀਂ ਕਰਦਾ ਕਹੇ ਤੇ ਉਹ ਬੇਪਰਵਾਹ ਆ ਉਹਦੇ ਕਰਤਾਰੀ ਰੰਗ ਨੂੰ ਤੁਸੀਂ ਦੇਖੋ ਕੁਦਰਤ ਨਾ ਸਭ ਅਕਸ਼ ਨਕਸ਼ ਘੜਦੀ ਹੈ ਜਿਸ ਧਰਤੀ ਤੇ ਅੱਜ ਅਸੀਂ ਬੈਠੇ ਆਂ ਜੇ ਤੁਸੀਂ ਕੋਈ ਲੱਖ ਸਵਾ ਲੱਖ ਸਾਲ ਪਿੱਛੇ ਚਲੇ ਜਾਓ ਆਈਸ ਏਜ ਦੇ ਵਿੱਚ ਤੇ ਇੱਥੇ ਸਾਰੇ ਬਰਫ਼ ਦੇ ਤੋਦੇ ਜੰਮੇ ਹੁੰਦੇ ਸੀ ਉਹਨਾਂ ਬਰਫ਼ ਦੇ ਤੋਦਿਆਂ ਤੋਂ ਥੋੜਾ ਥੱਲੇ ਪਾਸੇ ਸਾਊਥ ਨੂੰ ਜਾ ਕੇ ਆਪ ਕਹਿ ਲੋ ਕਿ ਜਿਨ੍ਹਾਂ ਨੂੰ ਖਾਸ ਕਰਕੇ ਉਹ ਵੱਡੇ ਵੱਡੇ ਦਾਵਾ ਨਾਲ ਜਾਨਵਰ ਕਹਿੰਿਆ ਸੀ ਉਹ ਰੂਪ ਦੇ ਵਿੱਚ ਜਿਹੜੇ ਉਹ ਇੱਥੇ ਰਹਿੰਦੇ ਹੁੰਦੇ ਸੀ ਉਸ ਤੰਗ ਦੇ ਨਾਲ ਹੌਲੀ ਹੌਲੀ ਕੀ ਹੋਇਆ ਕਿ ਉਹ ਕੁਦਰਤ ਨੇ ਗਰਮੀ ਲਿਆਂਦੀ ਬਰਫ਼ ਦੇ ਤੋਦੇ ਪਿਗਲੇ ਉਤੋਂ ਜਿਹੜੀ ਸਕਿਡ ਹੋ ਕੇ ਜਿਹੜੀ ਖਾਸ ਕਰਕੇ ਬਨਾਨਾ ਸਟੇਟ ਹੈ ਨਾ ਕੈਲੀਫੋਰਨੀਆ ਜਿਹੜੀ ਕੈਲੀਫੋਰਨੀਆ ਦੀ ਉਹ ਸਾਰੀ ਮਿੱਟੀ ਹੈ ਕੈਲੀਫੋਰਨੀਆ ਸਟੇਟ ਬਿਲਕੁਲ ਪਾਣੀ ਦੀ ਸਤ੍ਹਾ ਦੇ ਉੱਤੇ ਪਈ ਹੈ ਉਹਦਾ ਵੱਡਾ ਹਿੱਸਾ ਕਿਸੇ ਸਮੇਂ ਵੀ ਪਾਣੀ ਚ ਜਜਬ ਹੋ ਸਕਦਾ ਇਹ ਜਿਹੜੇ ਨੇ ਜੀਓਗ੍ਰਾਫੀ ਦੇ ਮਾਹਰ ਉਹ ਦੱਸਦੇ ਨੇ ਜਿਹੜੀ ਉਹ ਮਿੱਟੀ ਹੈ ਸਾਰੇ ਦੀ ਸਾਰੀ ਉਤੋਂ ਅੱਪਰ ਨਾਰਥ ਤੋਂ ਕੈਨੇਡਾ ਵਾਲੇ ਅੱਪਰਲੀ ਸਾਈਡ ਤੋਂ ਸਾਡੇ ਇਸ ਪਾਸਿਓਂ ਪੂਰੀ ਦੀ ਪੂਰੀ ਮਿੱਟੀ ਜਦੋਂ ਆਈ ਸੇਜ ਮੂਵ ਹੋਈਏ ਉਹਦੇ ਨਾਲ ਸਕਿਡ ਕਰਕੇ ਥੱਲੇ ਗਈ ਹੈ ਇਸ ਤਰੀਕੇ ਨਾਲ ਜਿਹੜੀ ਇੰਨੀ ਫਰਟਾਈਲ ਸੋਇਲ ਆ ਧਰਤੀ ਤੇ ਕੈਸੀ ਧਰਤੀ ਇਹ ਆਮ ਕਰਕੇ ਕੁਦਰਤ ਦਾ ਨਿਯਮ ਹੈ ਜਿੱਥੇ ਸੇਬ ਹੁੰਦੇ ਨੇ ਉਥੇ ਸੰਤਰੇ ਨਹੀਂ ਹੁੰਦੇ ਕਿਉਂਕਿ ਜਿਹੜਾ ਸਿਟਰਾਜਨ ਵਾਲਾ ਫਰੂਟ ਆ ਟ੍ਰੋਪੀਕਲ ਫਰੂਟ ਆ ਜਿੱਥੇ ਉਹ ਹੋਏ ਉਥੇ ਕੋਲਡ ਵੈਦਰ ਵਾਲਾ ਫੂਡ ਜਿਹੜਾ ਫਰੂਟ ਆ ਜਿਵੇਂ ਐਪਲ ਵਗੈਰਾ ਨੇ ਇਹ ਨਹੀਂ ਹੁੰਦੇ ਜਿੱਥੇ ਸੇਬ ਹੁੰਦੇ ਉਥੇ ਸੰਤਰੇ ਨਹੀਂ ਹੁੰਦੇ ਇਹ ਦੁਨੀਆ ਦਾ ਵਹਿਦ ਇੱਕ ਐਸੀ ਜਗਾ ਆ ਸਟੇਟ ਐ ਜਿੱਥੇ ਸੇਬ ਤੇ ਸੰਤਰੇ ਦੋਨੋਂ ਹੁੰਦੇ ਨੇ। ਤੂੰ ਚਲੇ ਜਾ ਉਹ ਕੈਲੀਫੋਰਨੀਆ ਤੈਨੂੰ ਦੋਨਾਂ ਦੇ ਬੂਟੇ ਮਿਲਣਗੇ ਉੱਥੇ। ਮਤਲਬ ਇੱਕ ਮੰਜ਼ਰੇ ਆਮ ਵੱਖਰੇ ਕਿਸਮ ਦਾ। ਜਦੋਂ ਤੁਸੀਂ ਇਸ ਸਾਰੀ ਕਿਰਿਆ ਨੂੰ ਪਿੱਛੇ ਦੇਖਦੇ ਹੋ ਤਾਂ ਕੁਦਰਤ ਬਣਾ ਰਹੀ ਆ। ਉਹ ਤੋਂ ਬੰਦਾ ਕਹੇਗਾ ਕੀ ਹੋ ਰਿਹਾ ਦੱਸੋ ਮਿੱਟੀ ਪੱਟ ਕੇ ਇਧਰੋਂ ਇਧਰ ਜਾ ਰਹੀ ਆ ਕਿਡਾ ਵੱਡਾ ਇਹ ਸਾਰੀ ਕਿਰਿਆ ਦਾ ਐਂਡ ਰਿਜ਼ਲਟ ਸਾਡੇ ਸਾਹਮਣੇ ਆ ਰਿਹਾ। ਇਹ ਉਹਦੇ ਚੋਜ ਨੇ ਸਾਨੂੰ ਨਹੀਂ ਪਤਾ। ਅਸੀਂ ਅਸੀਂ ਤੇ ਥੋੜਾ ਜਿਹਾ ਵਿਜਨ ਕਰਦੇ ਹਾਂ ਜਦੋਂ ਦੂਰ ਦ੍ਰਿਸ਼ਟਾ ਹੋ ਕੇ ਲੌਂਗ ਰਨ ਚ ਦੇਖਦੇ ਹੋ ਫਿਰ ਚੀਜ਼ਾਂ ਦਾ ਪਤਾ ਲੱਗਦਾ ਕਿ ਹੁੰਦਾ ਕਿਸ ਰੂਪ ਦੇ ਅੰਦਰ ਇਹ ਕਰਤਾਰੀ ਕੁਦਰਤ ਦੀਆਂ ਖੇਡਾਂ ਹੁੰਦੀਆਂ ਨੇ ਉਹਨਾਂ ਖੇਡਾਂ ਨੂੰ ਸੀ ਉਸ ਰੂਪ ਵਿੱਚ ਪਹਿਲੀ ਨਜ਼ਰ ਚ ਨਹੀਂ ਵੇਖ ਪਾਉਂਦੇ ਪਹਿਲੀ ਨਜ਼ਰ ਚ ਨਹੀਂ ਮਾਣ ਪਾਉਂਦੇ ਦੂਰ ਦ੍ਰਿਸ਼ਟਾ ਜਿਹੜਾ ਹੈ ਨਜ਼ਰੀਆਬ ਕਰਨ ਵਾਲਾ ਆ ਉਹ ਕਹਿੰਦਾ ਕਰਤਾਰ ਕੋਈ ਵੱਡੇ ਚੋਜ ਚ ਆ ਉਹ ਆਪਣੀ ਖੇਡ ਖੜਾ ਰਿਹਾ ਉਸ ਰੂਪ ਸਾਬ ਕਹਿੰਦੇ ਮੀਤ ਹਮਾਰਾ ਵੇ ਪਰਵਾਹ ਉਹ ਸਾਡੀ ਤੁਹਾਡੀ ਛੋਟੀਆਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ ਕਹਿੰਦੇ ਹੋਰ ਮਹਾਰਾਜ ਕਹਿੰਦੇ ਮੀਤ ਹਮਾਰਾ ਵੇ ਪ੍ਰਵਾਹ ਗੁਰ ਕਿਰਪਾ ਤੇ ਮੋਹਿ ਅਸਨਾ ਅਸਨਾ ਹੁੰਦਾ ਸਮਝ ਆ ਜਾਣੀ ਸਾਨੂੰ ਸਮਝ ਨਹੀਂ ਆਉਂਦੀ ਇਹਦੀ ਗੁਰੂ ਅਰਜਨ ਸਾਹਿਬ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਮੈਨੂੰ ਸਮਝ ਆ ਗਈ ਇਹ ਮੈਨੂੰ ਪਤਾ ਲੱਗ ਗਿਆ ਜਦੋਂ ਪਤਾ ਲੱਗ ਗਿਆ ਉਦੋਂ ਫਿਰ ਮੈਨੂੰ ਕਿਹਾ ਚੋਜੀ ਐ ਇਹ ਚੋਜ ਕਰ ਰਿਹਾ ਸਾਰੇ ਦੇ ਸਾਰੇ ਹੁਣ ਮੈਂ ਵਾਪਸ ਸਾਖੀ ਰੂਪੀ ਤੇ ਬਾਤ ਕਰਦੇ ਸੁਦੇ ਤੇ ਆ ਜਾਵਾਂ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜਾ ਮੰਜ਼ਰ ਤੁਹਾਡੇ ਸਾਹਮਣੇ ਬਿਆਨ ਕੀਤਾ ਆਖਰ ਸਮਾਪਨ ਜਾਂਚੇ ਬਤੀਤ ਹੋਇਆ ਤੇ ਜਿਹੜਾ ਖਾਸ ਕਰਕੇ ਮਉਜ਼ਮ ਸੀਗਾ ਮੁਹੰਮਦ ਬਹਾਦਰ ਸ਼ਾਹ ਦੇ ਰੂਪ ਦੇ ਵਿੱਚ ਗੱਦੀ ਤੇ ਬੈਠਾ ਗੱਦੀ ਤੇ ਬਹਿਣ ਵਾਸਤੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਪਣੇ ਮੁਨਸ਼ੀ ਮੀਰ ਨੂੰ ਭੇਜਿਆ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਸਾਲਸੀ ਦੇ ਨਾਲ ਮੈਨੂੰ ਮਦਦ ਚਾਹੀਦੀ ਹੈ ਮਹਾਰਾਜ ਨੇ ਆਪਣਾ ਫੌਜੀ ਦਸਤਾਇ ਦੀ ਅਮਦਾਦ ਵਾਸਤੇ ਭੇਜਿਆ ਆਪਣੇ ਭਰਾਵਾਂ ਦੇ ਨਾਲ ਖਾਸ ਕਰਕੇ ਬਖਸ਼ ਮੁਹੰਮਦ ਨਾਲ ਲੜਦਾ ਹੋਇਆ ਜੇਤੂ ਹੋ ਗਿਆ ਇਹਨੂੰ ਮਹਿਸੂਸ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੈਨੂੰ ਇਹ ਗੱਦੀ ਦਵਾਈ ਹੈ ਇਹਨੇ ਮੁੜ ਕੇ ਮਹਾਰਾਜ ਨੂੰ ਆਗਰੇ ਆਪਣੇ ਦਰਬਾਰ ਚ ਬੁਲਾਇਆ ਬੜੀ ਮਾਨ ਸਤਿਕਾਰ ਦਿੱਤਾ ਬੜਾ ਇਤਿਹਾਸਾਪੂਰਨ ਦਾ ਪੂਰਾ ਭਰਿਆ ਹੋਇਆ ਸਾਰੇ ਰੂਪ ਦੇ ਵਿੱਚ ਖੈਰ ਇਸਨੇ ਸਮਝੌਤੇ ਤੇ ਸਿਗਨੇਚਰ ਕੀਤੇ ਕਿ ਜਿਹੜਾ ਲੋਕਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਆ ਹਕੂਮਤ ਕਿਸ ਤਰੀਕੇ ਨਾਲ ਚੱਲੇਗੀ ਉਹਦੀ ਬਾਤ ਹੋਈ ਚਾਰ ਮੁੱਖ ਰੂਪਿਤ ਮਦਾਂ ਮੰਨੀਆਂ ਜਾਂਦੀਆਂ ਨੇ ਪਹਿਲੀ ਮਦ ਇਹ ਕਿ ਜਿਹੜਾ ਬਾਦਸ਼ਾਹ ਹੈ ਇਹਦਾ ਕੋਈ ਆਪਣਾ ਧਰਮ ਨਿਤ ਧਰਮ ਨਹੀਂ ਹੁੰਦਾ ਮੀਨ ਇਹਦਾ ਧਰਮ ਨਿਆਂ ਕਰਨਾ ਹੈ ਨਿਜੀ ਰੂਪ ਦੇ ਜਿਹੜੇ ਮਰਜੀ ਧਰਮ ਦਾ ਧਾਰਨੀ ਹੋਵੇ ਰਿਆਸਤ ਦਾ ਸਿਆਸਤ ਦਾ ਕੋਈ ਧਰਮ ਨਹੀਂ ਹੁੰਦਾ ਉਹਦਾ ਲੋਕ ਭਲਾਈ ਧਰਮ ਹੈ ਬਸ ਇਸ ਰੂਪ ਵਿੱਚ ਮੰਨਿਆ ਜਾਏ ਦੂਸਰੇ ਨੰਬਰ ਦੇ ਉੱਤੇ ਸਰਕਾਰੀ ਅਹੁਦੇਦਾਰੀ ਗੁਣ ਦੇ ਆਧਾਰ ਤੇ ਦਿੱਤੀ ਜਾਏ ਧਰਮ ਦੇ ਆਧਾਰ ਤੇ ਨਹੀਂ ਮਜਬ ਦੇ ਆਧਾਰ ਤੇ ਨਹੀਂ ਤੀਸਰੇ ਨੰਬਰ ਦੇ ਉੱਤੇ ਗੈਰ ਮੂਮਨਾ ਦੇ ਉੱਤੇ ਜਿੰਨਾ ਕਿਸਮ ਦਾ ਵੀ ਕੋਈ ਜ਼ੁਲਮ ਹੋਇਆ ਹੈ ਉਹ ਸਾਰੇ ਦੀ ਪਰਭਾਈ ਕੀਤੀ ਜਾਏ ਉਹ ਸਾਰਿਆਂ ਨੂੰ ਵਾਪਸੀ ਕੀਤੀ ਜਾਏ ਤੇ ਨੰਬਰ 4 ਦੇ ਉੱਤੇ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਇੱਡੇ ਵੱਡੇ ਜ਼ੁਲਮ ਦੀ ਸਾਰੀ ਇੰਤਹਾ ਲਿਆਂਦੀ ਹੈ ਉਹਨਾਂ ਨੂੰ ਸਜ਼ਾ ਹਫ਼ਤਾ ਕੀਤਾ ਜਾਏ ਉਹ ਚ ਵਜ਼ੀਰ ਖਾਂ ਪਹਾੜੀ ਰਾਜੇ ਸਾਰੇ ਸੀ ਇਹ ਬਕਾਇਦਾ ਤੌਰ ਤੇ ਜਿਹੜਾ ਸਿਗਨੇਚਰ ਹੋਏ ਸਾਰੇ ਬਹਾਦਰ ਸ਼ਾਹ ਮੰਨਿਆ ਪਏ ਸਭ ਕੁਝ ਹੋਏਗਾ ਉਹਦੇ ਵਾਸਤੇ ਹੀ ਉਸਨੇ ਜਿਹੜੀ ਖਾਸ ਤੌਰ ਤੇ ਸੁਬਾਸ ਰਹਾਂਦ ਸੀਗਾ ਉਹਦੇ ਖਜ਼ਾਨੇ ਦੇ ਵਿੱਚੋਂ ਹਰ ਰੋਜ਼ ਕੁਝ ਹਜ਼ਾਰ ਮੋਹਰਾਂ ਫਾਈਨ ਦੇ ਤੌਰ ਤੇ ਜ਼ੁਰਮਾਨੇ ਦੇ ਤੌਰ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਰਪਤ ਕੀਤੀਆਂ ਜਾਣਗੀਆਂ ਜਿੰਨੀ ਦੇਰ ਤੱਕ ਪ੍ਰੋਪਰ ਸਾਰਾ ਜਸਟੀਫਿਕੇਸ਼ਨ ਨਹੀਂ ਹੁੰਦੀ। ਮਤਲਬ ਉਸ ਨੂੰ ਇਹ ਤੈਅ ਕਰਵਾ ਦਿੱਤਾ ਗਿਆ ਕਿ ਇਹਨਾਂ ਨੇ ਗਲਤ ਕੀਤਾ ਆ ਇਹਨਾਂ ਨੇ ਬੜਾ ਵੱਡਾ ਜ਼ੁਲਮ ਕੀਤਾ ਆ ਤੇ ਇਸ ਕ੍ਰਾਈਮ ਦੀ ਇਹਦੀ ਇਹਨਾਂ ਨੂੰ ਸਜ਼ਾ ਮਿਲੇਗੀ ਇਹਦੀ ਪਹਿਲੀ ਮੱਦ ਮੰਨ ਲਈ ਗਈ ਉਸੇ ਰੂਪ ਰਾਈਟ ਵੇ ਇਥੋਂ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਸ ਰੂਪ ਦੇ ਵਿੱਚ ਗੁਨੇਗਾਰ ਮੰਨਿਆ ਇਹਨਾਂ ਨੂੰ ਆਪਣੇ ਗੁਨਾਹ ਦੀ ਜਿਹੜੀ ਉਸ ਪਰਭਾਈ ਕਰਨੀ ਪੈਗੀ ਇੱਥੋਂ ਬਾਅਦ ਸ਼ੁਰੂ ਹੋਈ ਪਰ ਇਸ ਤੋਂ ਨੈਕਸਟ ਜਿੰਨੇ ਜਿੰਨੇ ਵੀ ਸਟੈਪ ਸੀਗੇ ਉਹ ਨਹੀਂ ਲੈ ਪਾਇਆ ਕਿਉਂਕਿ ਹਾਲਾਤ ਤੋਂ ਉਹਨੂੰ ਪਤਾ ਲੱਗ ਗਿਆ ਮੇਰੇ ਕਾਬੂਚ ਨਹੀਂਗੇ ਜਿਹੜਾ ਨਫ਼ਰਤ ਦੀ ਸਿਆਸਤ ਹੈ ਨਾ ਮਤਲਬ ਮਨੁੱਖਾਂ ਦੇ ਚ ਮਨੁੱਖਾਂ ਦੇ ਖਿਲਾਫ ਈਰਖਾ ਦਵਾਇ ਖਪਾ ਕੇ ਤੇ ਜਿਹਨੂੰ ਆਇਡੈਂਟੀਟੀ ਪੋਲਿਟਿਕਸ ਕਹਿੰਨੇ ਆ ਅਸੀਂ ਸਾਰੀ ਜਿਵੇਂ ਸਾਡੇ ਇੱਥੇ ਸਾਊਥ ਆਫ ਦਾ ਬਾਰਡਰ ਅਜੇ ਇੱਥੇ ਘਟ ਹੈ ਹੋ ਰਿਹਾ ਇੱਥੇ ਵੀ ਵਾਈਟ ਸੁਪਰਮਿਸਟ ਵੱਡੇ ਪੱਧਰ ਤੇ ਹੋ ਜੀਆਂ ਕੰਮ ਕਰ ਰਹੇ ਨੇ ਇੱਥੇ ਪਰ ਸਾਊਥ ਆਫ ਦਾ ਬਾਰਡਰ ਚਲੇ ਜਾਓ ਨਾ ਜਿਹੜਾ ਹੇਟ ਕਰਾਇਮ ਹੈ ਬੜੇ ਆਪਣੇ ਚਰਮ ਤੇ ਹਰੂਫ ਤੇ ਆ ਪੂਰੇ ਆਪਣੇ ਉਸ ਰੂਪ ਦੇ ਵਿੱਚ ਤੇ ਜਿਵੇਂ 트럼ਪਿਜ਼ਮ ਆ 트럼ਪ ਦਾ ਆਉਣਾ ਹੋਇਆ ਤੇ ਉਸ ਤੋਂ ਬਾਅਦ ਉਹ ਹਰ ਚੀਜ਼ ਵਾਸਤੇ ਜ਼ਿੰਮੇਵਾਰ ਇਮੀਗ੍ਰੈਂਟਸ ਨੂੰ ਦੱਸਦਾ ਸਾਡੇ ਵੱਲ ਥੋੜਾ ਇਸ਼ਾਰਾ ਘੱਟ ਕਰਦਾ ਹੈ ਮੈਕਸੀਕਨਸ ਵੱਲ ਜ਼ਿਆਦਾ ਕਰਦਾ ਹਰ ਤਰ੍ਹਾਂ ਦਾ ਗਲਤ ਕੰਮ ਮੈਕਸੀਕਨ ਕਰ ਰਹੇ ਨੇ ਉਹ ਇਮੀਗ੍ਰੈਂਟ ਨੇ ਅਸੀਂ ਕੰਦ ਬਣਾਣੀ ਹੈ ਪਰਲੇ ਪਾਸੇ ਇੱਕ ਹੇਟ ਕਰਾਇਮ ਲੋਕਾਂ ਚ ਇਸ ਕਿਸਮ ਦੇ ਸੈਂਟੀਮੈਂਟਸ ਜਿਹੜੇ ਨੇ ਉਹ ਕੈਰੀ ਆਨ ਕੀਤੇ ਜਾ ਰਹੇ ਨੇ ਇਹ ਗੱਲਾਂ ਅੱਜ ਹੋ ਰਹੀਆਂ ਬੋਲਿਆ ਜਾ ਰਿਹਾ ਦੱਸਿਆ ਜਾ ਰਿਹਾ ਦੱਸਿਆ ਤੇ ਬੋਲਿਆ ਇਸ ਕਰਕੇ ਜਾ ਰਿਹਾ ਤਾਂਕਿ ਇਹਦਾ ਸਿਆਸੀ ਬੈਨੀਫਿਟ ਲਿਆ ਜਾਏ ਲੌਂਗ ਰਨ ਦੇ ਵਿੱਚ ਪਤਾ ਕੀ ਹੋਣਾ ਹੈ ਟਰੰਪਰਾਂ ਨੇ ਹੋਰ 10 12 15 ਸਾਲ ਜ਼ਿੰਦਗੀ ਭੋਗ ਕੇ ਜਾਂ ਇੱਕ ਦੋ ਇੱਕ ਇੱਕ ਟਰਮ ਹੋਣੀ ਉਹਦੀ ਵੱਧ ਤੋਂ ਵੱਧ ਇੱਕ ਟਰਮ ਹੋਰ ਭੋਗ ਕੇ ਚਲੇ ਜਾਣਾ ਹੈ ਤੇ ਜਿਹੜੇ ਬੀਜ ਬੀ ਚੱਲਾਇਆ ਇਹ ਬੀਜ ਫਸਲਾਂ ਬਣਨਗੇ ਇਹ ਫਸਲਾਂ ਬਣ ਕੇ ਫਿਰ ਇੱਥੇ ਵੱਡੀਆਂ ਲੋਕੀ ਵੱਢਣਗੇ ਇਹ ਮਤਲਬ ਜਿਹੜੀ ਨਫ਼ਰਤ ਦੀ ਸਿਆਸਤ ਹੈ ਨਾ ਇਹ ਇਸ ਤਰ੍ਹਾਂ ਆ ਜਿਵੇਂ ਬੋਤਲ ਦੇ ਵਿੱਚ ਜਿੰਨ ਪਾਇਆ ਹੁੰਦਾ ਤੇ ਲੋਕਾਂ ਨੂੰ ਡਰਾਈ ਜਾਣਾ ਦੇਖ ਲਓ ਮੈਨੂੰ ਚੁਣ ਲਿਆ ਜੇ ਨਹੀਂ ਤੇ ਨਾ ਆ ਜਿਹੜਾ ਜਿੰਨ ਮਾਰ ਦੇਗਾ ਤੁਹਾਨੂੰ ਆ ਜਿੰਨ ਬਾਹਰ ਨਿਕਲ ਜਾਣਾ ਜਿੰਨ ਮੈਂ ਹੀ ਆ ਜਿਹੜਾ ਰੋਕ ਕੇ ਬੈਠਾ ਮੈਂ ਹੀ ਆ ਤੁਹਾਨੂੰ ਬਚਾਰਿਆ ਤੁਸੀਂ ਖਤਰੇ ਚੋਂ ਇਸ ਕਿਸਮ ਦੇ ਨਾਲ ਜਿਵੇਂ ਹੀ ਉਹ ਬੋਤਲ ਦਾ ਕਿਤੇ ਟੱਕਣ ਖੋਲ ਦਿੰਦਾ ਆ ਉਹ ਕਹਿੰਦੇ ਜਿੰਨ ਜਿੰਨੇ ਦਿਨ ਬੋਤਲ ਵਿੱਚ ਡਰਾਈ ਜਾਓ ਕੋਈ ਗੱਲ ਨਹੀਂ ਥੋੜੀ ਬਹੁਤੀ ਡਰ ਦੀ ਪੋਲਿਟਿਕਸ ਕਰਦੇ ਸਾਰੇ ਕਰਦੇ ਪਰ ਜਦੋਂ ਬੋਤਲ ਦਾ ਟੱਕਣ ਖੋਲ੍ਹਤਾ ਉਹ ਬਾਹਰ ਆ ਗਿਆ ਹੁਣ ਬੋਤਲ ਵਿੱਚ ਨਹੀਂ ਪੈਣਾ ਉਹਨੇ ਹੁਣ ਜਿਨ੍ਹਾਂ ਨੇ ਬੋਤਲ ਵਿੱਚੋਂ ਕੱਢ ਆਇਆ ਦੇਮੇ ਕਹਿੰਦਾ ਨਾ ਵੀ ਅਗਰ ਆਗ ਲੱਗੇਗੀ ਇਸ ਕੂਚੇ ਮੇਂ ਤੋ ਆਏਗਾ ਹਰ ਘਰ ਇਸ ਕੀ ਜ਼ਦਮੇ ਜਦੋਂ ਮੁਹੱਲਿਆਂ ਨੂੰ ਅੱਗ ਪੈਂਦੀ ਹੈ ਨਾ ਉਦੋਂ ਫਿਰ ਅੱਗ ਇਹ ਨਹੀਂ ਵੇਖਦੀ ਵੀ ਆਹ ਘਰ ਲਾਉਣ ਵਾਲੇ ਦਾ ਤੇ ਆਹ ਘਰ ਜਿਹੜਾ ਹੈਗਾ ਜਿਹਦਾ ਜਲਣ ਵਾਸਤੇ ਲਾਈ ਉਹ ਨਾ ਨਾ ਅੱਗ ਨੂੰ ਫਿਰ ਕਾਰਨ ਵੱਖਰਾ ਵੱਖਰਾ ਨਹੀਂ ਦਿਸਦਾ ਕਹਿੰਦਾ ਅਗਰ ਆਗ ਲੱਗੇਗੀ ਇਸ ਬਸਤੀ ਮੇਂ ਤੋ ਆਏਗਾ ਹਰ ਘਰ ਉਸ ਕੀ ਜ਼ਦਮੇ ਇਸ ਮੁਹੱਲੇ ਮੇਂ ਆਪਣਾ ਅਕੇਲੇ ਕਾ ਮਕਾਨ ਥੋੜਾ ਹੈ ਇਹ ਤੇ ਕੋ ਕੱਲਾ ਸਾਡਾ ਹੀ ਘਰ ਸਾਡਾ ਹੀ ਘਰ ਥੋੜਾ ਕੱਲਾ ਸਾਡਾ ਮਕਾਨ ਥੋੜਾ ਹੈ ਇਹ ਸਾਰਿਆਂ ਦੀ ਕਲੈਕਟਿਵ ਐਫਰਟ ਆ ਇਹ ਸਾਰਿਆਂ ਨੂੰ ਇਹਦੇ ਉੱਤੇ ਕੰਮ ਕਰਨਾ ਪਏਗਾ ਤਾਂ ਜਾ ਕੇ ਘਰ ਬਚੇਗਾ ਪਰਿਵਾਰ ਬਚੇਗਾ ਸਭਾਜ ਬਚੇਗਾ ਦੁਨੀਆ ਬਚੇਗੀ ਇਸ ਰੂਪ ਦੇ ਵਿੱਚ ਇਸੇ ਲਈ ਦਾਨੇ ਲੋਕ ਸਿਆਣੇ ਲੋਕ ਕਹਿੰਦੇ ਨੇ ਮਨੁੱਖਤਾ ਨੂੰ ਮਨੁੱਖਵਾਦੀ ਬਣਾਓ ਇਨਸਾਨੀ ਕਦਰਾਂ ਕੀਮਤਾਂ ਤੇ ਇਹਦੇ ਉੱਤੇ ਫੋਕਸ ਕਰੋ ਐਮਫਸਾਈਜ਼ ਕਰੋ ਇਸ ਰੂਪ ਦੇ ਵਿੱਚ ਖੈਰ ਇਹ ਜਿਹੜੀ ਬਾਤ ਮੈਂ ਪਾ ਰਿਹਾ ਸੀਗਾ ਬਹਾਦਰ ਸ਼ਾ ਮੰਨ ਗਿਆ ਸਾਰੀ ਗੱਲ ਲਿਖਤ ਪੜਤ ਹੋ ਗਈ ਪਰ ਅਲਟੀਮੇਟਲੀ ਉਹ ਕਰ ਨਹੀਂ ਪਾਇਆ ਕਿਉਂਕਿ ਨਫਰਤ ਇੰਨੀ ਜ਼ਿਆਦਾ ਬਿਜੀ ਜਾ ਚੁੱਕੀ ਸੀ ਕਿ ਉਹ ਹੁਣ ਆਪਣੇ ਉਸ ਮੰਜ਼ਰ ਦੇਲੇ ਪਾਸੇ ਵੱਧ ਰਹੀ ਹੈ ਤੇ ਲਗਾਤਾਰਤਾ ਦੇ ਨਾਲ ਜ਼ੁਲਮੂਗਾਰਤਾਂ ਨੂੰ ਕਿਵੇਂ ਰੋਕੇ ਉਹ ਆਪ ਭੱਜਿਆ ਨੱਠਿਆ ਫਿਰਦਾ ਇੱਧਰ ਉੱਧਰ ਪਰ ਫਿਰ ਇਹ ਸੀਗਾ ਮੈਂ ਗੱਦੀ ਤੇ ਰਹਿਣਾ ਮੈਂ ਸਿਆਸਤਦਾਨ ਆ ਸਿਆਸਤ ਬਚਾਉਣੀ ਹੈ ਇਹ ਸਾਰੇ ਵਾਸਤੇ ਵੀ ਕਿਤੇ ਫਿਰ ਉਹ ਸੋਚ ਚਲੋ ਮੈਂ ਟਾਈਮ ਬਾਇ ਹੋਰ ਕਰ ਲੈਣਾ ਗੁਰੂ ਸਾਹਿਬ ਨੂੰ ਹਮ ਰਿਕਾਬ ਕਰਦਾ ਹੋਇਆ ਦੱਖਣ ਤੱਕ ਲੈ ਗਿਆ ਮਹਾਰਾਜ ਦਾ ਆਪਣਾ ਪ੍ਰੋਗਰਾਮ ਸੀਗਾ ਦੱਖਣ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਿਲੇ ਸਾਰੀਆਂ ਚੀਜ਼ਾਂ ਹੋਈਆਂ ਖੈਰ ਜਿਹੜੇ ਟੂਕਾ ਮਾਤਰ ਬੇਨਤੀ ਕਰ ਰਿਹਾ ਸੀਗਾ ਉੱਥੇ ਇੱਕ ਦਿਨ ਕੀ ਹੋਇਆ ਜਿੱਥੇ ਗੁਰਦੁਆਰਾ ਹੀਰਾਕਾਟ ਬਣਿਆ ਇੱਥੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਹਾਦਰ ਸ਼ਾ ਕਿਤੇ ਦਰਿਆ ਦੇ ਕੰਢੇ ਗਦਾਵਰੀ ਦੇ ਕੰਢੇ ਇਕੱਲੇ ਟਹਿਲ ਰਹੇ ਨੇ ਆਮ ਕਰਕੇ ਤੇ ਹੁੰਦਾ ਵੀ ਕੋਈ ਨਾ ਕੋਈ ਚੋਬਦਾਰ ਖੜਾ ਆ ਗੁਰੂ ਮਹਾਰਾਜ ਦੇ ਕੋਲ ਸਿੱਖ ਖੜੇ ਨੇ ਕੁਝ ਸੇਵਾਦਾਰ ਖੜੇ ਨੇ ਕੁਝ ਲੋਕ ਆਲੇ ਦੁਆਲੇ ਮਿਲਣ ਵਾਲੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਹਾਦਰ ਸ਼ਾ ਇਕੱਲੇ ਟਹਿਲ ਰਹੇ ਨੇ ਦਰਿਆ ਦੇ ਕੰਢੇ ਕੰਢੇ ਤੇ ਬਹਾਦਰ ਸ਼ਾਹ ਨੇ ਸੋਚਿਆ ਮੌਕਾ ਬਣਿਆ ਆ ਗੁਰੂ ਸਾਹਿਬ ਦੇ ਦਿਲ ਦੀ ਗੱਲ ਹੀ ਪੁੱਛ ਲਈ ਨਾ ਤੇ ਮਹਾਰਾਜ ਨੂੰ ਗੱਲ ਕਰਦਾ ਹੋਇਆ ਕਹਿੰਦਾ ਕਹਿੰਦਾ ਪਾਤਸ਼ਾਹ ਮੈਂ ਬੜਾ ਸਜਮਿਆ ਸੌਰੀ ਫੀਲ ਕਰਦਾ ਆ ਜੇ ਕਿਤੇ ਅੱਜ ਸਾਹਿਬ ਜਦਾ ਅਜੀਤ ਸਿੰਘ ਜੀ ਹੁੰਦੇ ਤੇ ਅੱਜ ਉਹਨਾਂ ਦੀ ਉਮਰ 22 ਸਾਲ ਹੋਣੀ ਸੀ ਵਿਆਹ ਹੋ ਜਾਣਾ ਸੀ ਹੋ ਸਕਦਾ ਕੁਝ ਪੋਤੇ ਪੋਤੀਆਂ ਹੁੰਦੇ ਘਰ ਦੇ ਵਿੱਚ ਨੋਈ ਹੋਣੀ ਸੀ ਜੇ ਸਹਬਜ਼ਾਦੇ ਜੁਝਾਰ ਸਿੰਘ ਦੀ ਗੱਲ ਕਰੀਏ ਤੇ ਉਹ ਬਿਲਕੁਲ ਉਹਦਾ ਮੰਗਣਾ ਤੇ ਹੋਈ ਜਾਣਾ ਸੀਗਾ 17-18 ਸਾਲ ਦੀ ਉਮਰ ਹੋ ਜਾਣੀ ਸੀ ਅੱਜ ਨੂੰ ਮਹਾਰਾਜ ਛੋਟੇ ਸਹਬਜ਼ਾਦੇ ਉਹ ਇੱਕ 14-15 ਦਾ ਹੋਣਾ ਸੀਗਾ ਇੱਕ 10 ਦਾ 11 ਦਾ ਹੋਣਾ ਸੀਗਾ ਜ਼ਿੰਦਗੀ ਇੱਕ ਵੱਖਰੀ ਰੌਂਚ ਹੋਣੀ ਸੀਗੀ ਮਹਾਰਾਜ ਕਦੀ ਯਾਦ ਤੇ ਆਉਂਦੀ ਹੋਣਗੇ ਕਦੀ ਕਦੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਿਲ ਤੇ ਹੱਥ ਰੱਖ ਕੇ ਪੁੱਛਣਾ ਚਾਹੁੰਦਾ ਹੈ ਪੀ ਇਹਨਾਂ ਦੇ ਜਜ਼ਬਾਤ ਕਿਵੇਂ ਦੇ ਨੇ ਕਿੰਨਾ ਕਮਿਸ ਕਰਦੇ ਨੇ ਆਪਣੇ ਬੱਚਿਆਂ ਨੂੰ ਮਹਿਲਾ ਨੂੰ ਜਿਹਦੇ ਅਸੀਂ ਮੋਸਟਲੀ ਸਲੇਵ ਬਣ ਜਾਂਦੇ ਆ ਗੁਲਾਮ ਬਣ ਜਾਂਦੇ ਆ ਅਸੀਂ ਆਪਣੇ ਕੰਫਰਟ ਦੇ ਮਗਰ ਪੈਂਦੇ ਨੇ ਕੰਫਰਟ ਨਹੀਂ ਛੱਡਣਾ ਅਸੂਲ ਛੱਡ ਦੇਣੇ ਨੇ ਕੋਈ ਗੱਲ ਨਹੀਂ 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 ਮੈਨੂੰ ਕੋਈ ਮੈਂ ਫਿਰ ਨੁਕਸਾਨ ਬੜਾ ਹੋ ਜਾਏਗਾ ਇਸ ਕਰਕੇ ਮੈਂ ਨਾ ਮੈਂ ਕਹ ਕੋਈ ਨਾ ਝੂਠ ਬੋਲ ਦਿੰਦੇ ਆ ਉਹ ਮੈਂ ਕਹ ਨਹੀਂ ਨਹੀਂ ਤੇ ਗੁਰੂ ਮਹਾਰਾਜ ਤੇ ਸਚਿਆਰ ਬਣਾਉਣ ਵਾਲੀ ਹਸਤੀ ਹੈ ਉਹ ਤੇ ਸੱਚ ਦੇ ਉੱਤੇ ਪਹਿਰਾ ਦੇਣ ਵਾਲੀ ਹਸਤੀ ਸਾਨੂੰ ਸਿਖਾਉਂਦੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਹ ਸਦਾ ਸੱਚ ਦੀ ਜੈਜੈਕਾਰ ਹੁੰਦੀ ਏ ਕੂੜ ਦੀ ਖੁੱਟਸ ਨਾਨਕਾ ਔੜਕ ਸੱਚ ਰਹੀ ਸੱਚ ਨੂੰ ਕਦੀ ਕੋਈ ਰੋਕ ਨਹੀਂ ਮਿਲੀ ਸੱਚ ਦੀ ਪ੍ਰਵਾਜ਼ ਹਮੇਸ਼ਾ ਬੁਲੰਦ ਹੁੰਦੀ ਏ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹੋ ਜੀ ਬਾਤ ਪੁੱਛਦਾ ਜਜ਼ਬਾਤੀ ਕਰਕੇ ਤੇ ਮਹਾਰਾਜ ਮੁਸਕਰਾ ਕੇ ਕਹਿੰਦੇ ਬਹਾਦਰ ਸ਼ਾ ਕਿਹੜੀਆਂ ਗੱਲਾਂ ਪੁੱਛ ਰਿਹਾ ਤੂੰ ਤੂੰ ਜਿਹੜੀ ਬਾਤ ਕਰ ਰਿਹਾ ਆ ਮੈਂ ਬੜੀ ਗਹਿਰੇ ਤੌਰ ਤੇ ਸਮਝਦਾ ਤੇਰੀ ਗੱਲ ਨੂੰ ਮੇਰੇ ਤੋਂ ਪੁੱਛਦਾ ਨਾ ਤੂੰ ਤੇ ਸ਼ਾਇਰਾਨਾ ਅੰਦਾਜ਼ ਵਿੱਚ ਬਚਨ ਨੇ ਉੱਥੇ ਮਹਾਰਾਜ ਕਹਿੰਦੇ ਮੈਂ ਬਸਤੀ ਸੇ ਗੁਜਰਾ ਇਸ ਸੰਸਾਰ ਇੱਕ ਝਰਨੀ ਐ ਇੱਕ ਗੁਜਰਨਾ ਐ ਇਥੋਂ ਅਸੀਂ ਸਭ ਨੇ ਤੁਰ ਜਾਣਾ ਕੋਈ ਸਦਾ ਕੱਲੀ ਰਸ ਦੀਵ ਕੱਲੀ ਬਹਿ ਕੇ ਨਹੀਂ ਬੈਠਾ ਦੇ ਰਹਿਣਾ ਇੱਥੇ ਕਿਸੇ ਨੇ ਮਹਿਲਾਂ ਦਾ ਵਸੇਬਾ ਲੈ ਲਿਆ ਕਹਿੰਦੇ ਝੁਗੀਆਂ ਦਾ ਵਸੇਬਾ ਲੈ ਲਿਆ ਆ ਕੇ ਵੇਖਣਾ ਕਿਸੇ ਨੇ ਮਹਿਲ ਕਿਵੇਂ ਦਿਨ ਝੁਗੀਆਂ ਕਿਵੇਂ ਦੀਆਂ ਨੇ ਇਹ ਝਰਨੀ ਐ ਦਰਿਆ ਦਾ ਪਾਣੀ ਐ ਕੰਡੇ ਤੋਂ ਗੁਜਰਨਾ ਐ ਮੁੜ ਕੇ ਵਾਪਸ ਆ ਕੇ ਵੇਖਣਾ ਨਹੀਂ ਉਹ ਕੰਡੇ ਤੇ ਕੀ ਆਦਿਆ ਚੱਤੇ ਰੱਖਿਆ ਜੇ ਇਹ ਸੰਸਾਰ ਆ ਇਸੇ ਤਰੀਕੇ ਨਾਲ ਸਭ ਦਾ ਕੁਝ ਇੱਕ ਦਿਨ ਇਸ ਤਰ੍ਹਾਂ ਗੁਜ਼ਰ ਹੋ ਜਾਣਾ ਹੈ ਮਹਾਰਾਜ ਕਹਿੰਦੇ ਮੈਂ ਬਸਤੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਪਸਤੀ ਜਦੋਂ ਸਭ ਕੁਝ ਨਾਸਤੋ ਨਾਬੂਦ ਹੋ ਜਾਂਦਾ ਪਸਤ ਹੋ ਜਾਂਦਾ ਬਿਲਕੁਲ ਤਬਾਹ ਮੈਂ ਉਹ ਮੰਜ਼ਰ ਵੀ ਵੇਖੇ ਨੇ ਜਦ ਦਿਨ ਮੇਰਾ ਜਨਮ ਹੋਇਆ ਸੀ ਮੇਰਾ ਪ੍ਰਕਾਸ਼ ਹੋਇਆ ਸੀ ਪਟਨੇ ਦੇ ਵਿੱਚ ਐਡੀਆਂ ਹਵੇਲੀਆਂ ਦੇ ਵਿੱਚ ਮੇਰੀ ਮਾਂ ਦੇ ਕੋਲ ਨੌਕਰ ਚੱਕਰ ਚਾਰਚ ਪਰੇ ਤੁਰੇ ਫਿਰਦੇ ਸੀਗੇ ਮੇਰੇ ਪਿਤਾ ਜੀ ਉਸ ਦਿਨ ਟਾਕਾ ਦੇ ਸ਼ਾਹੀ ਮਹਿਮਾਨ ਸੀਗੇ 2 ਮਹੀਨੇ ਬਾਅਦ ਮੇਰੇ ਪਿਤਾ ਦੇ ਹੁਕਮ ਨਾਲ ਮੇਰਾ ਨਾਮ ਆਇਆ ਸੀ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਮੈਨੂੰ ਖਡਾਉਣ ਵਾਲੇ 100-100 ਹੱਥ ਵੇਟ ਕਰਦੇ ਸੀ ਕਿਤੇ ਇੱਕ ਵਾਰੀ ਮੈਨੂੰ ਇੱਕ ਵਾਰੀ ਹੱਥ ਛੂਣ ਨੂੰ ਮਿਲ ਜਾਣ। ਮੇਰੇ ਸਜਦੇ ਕਰਨ ਵਾਸਤੇ ਪੰਜਾਬ ਦੇ ਉਹ ਮੀਰਾ ਜੀ ਦੇ ਠਸਕੇ ਤੋਂ ਭੀਖਮ ਸ਼ਾਹ ਵਰਗੇ ਪੀਰ ਤੁਰ ਕੇ ਆਏ ਸੀਗੇ। ਮੈਂ ਕਿਹੜਾ ਮੰਜ਼ਰ ਨਹੀਂ ਵੇਖਿਆ। ਕਿਹੜੀਆਂ ਗੱਲਾਂ ਕਰਦਾ ਹੈ ਬਹਾਦਰ ਸ਼ਾਹ। ਮੈਂ ਉਹ ਰੰਗ ਵੇਖੇ ਨੇ ਜਦੋਂ ਮੈਂ ਤੁਹਾਨੂੰ ਤੁਰ ਕੇ ਮੱਖੋਵਾਲ ਤੱਕ ਗਿਆ ਸੀਗਾ। ਬਾਪੂ ਨੇ ਜਾ ਕੇ ਪਹਿਲਾ ਗਿਫਟ ਪਹਿਲਾ ਤੋਹਫਾ ਮੇਰੀ ਝੋਲੀ ਚ ਪਾਇਆ ਸੀਗਾ ਉਸ ਨਗਰੀ ਦਾ ਨਾਂ ਮੇਰੇ ਬੋਲਾਂ ਤੇ ਬਦਲ ਕੇ ਪੂਰੀ ਆਨੰਦ ਕਰ ਦਿੱਤਾ ਸੀਗਾ ਕਿਉਂਕਿ ਮਹਾਰਾਜ ਨੇ 6 ਵਰੇ ਦੀ ਅਰਬਲਾਚ ਅਨੰਦ ਸਾਹਿਬ ਦੀ ਬਾਣੀ ਸੁਣਾਈ ਸੀ ਪਹਿਲੀ ਵਾਰ ਉੱਥੇ। ਕੀ ਮੈਂ ਕਿਹੜਾ ਮੰਜ਼ਰ ਨਹੀਂ ਵੇਖਿਆ ਮੈਂ ਉਹ ਮੰਜ਼ਰ ਵੇਖਿਆ ਜਦ ਦਿਨ ਚਾਰ ਐਸੀਆਂ ਰੱਬੀ ਰੂਹਾਂ ਮੇਰੀ ਝੋਲੀ ਚ ਖੇਡਦੀਆਂ ਸੀਗੀਆਂ। ਮੇਰੇ ਚਾਰ ਚਪੇਰੇ ਜੈ ਜੈਕਾਰ ਹੋ ਰਹੀ ਸੀ ਰਣਸਿੰਘੇ ਸ਼ਿਵਾਲਿਕ ਦੀਆਂ ਪਹਾੜੀਆਂ ਚ ਗੂੰਜਦੇ ਸੀਗੇ ਤੇ 올 ਦਾ ਵੇ ਕੀ ਮੰਡੀ ਤੇ ਕੀ ਬਲਾਸਪੁਰ ਰਿਆਸਤਾਂ ਅਹ थरथਰ ਕੰਬਦੀਆਂ ਸੀ ਮੈਂ ਸਾਰੇ ਮੰਜ਼ਰ ਵੇਖੇ ਨੇ ਪਰ ਸੱਚੇ ਹੈ ਇਹ ਧੁੱਪ ਛਾਂ ਦੀ ਖੇਡ ਹੈ ਇਹ ਕਰਤਾਰ ਦੀ ਕੁਦਰਤ ਦੇ ਬਣੇ ਹੋਏ ਰੰਗ ਨੇ ਮੈਂ ਬਸਤੀ ਸੇ ਗੁਜ਼ਰਾ ਮੈਂ ਉਹ ਸਾਰੇ ਚੋ ਗੁਜ਼ਰਿਆ ਮੈਂ ਪਸਤੀ ਸੇ ਗੁਜ਼ਰਾ ਮੈਂ ਬਿਲਕੁਲ ਪਸਤ ਹੁੰਦਾ ਵੀ ਸਭ ਕੁਝ ਦੇਖਿਆ ਪੂਰੀ ਆਨੰਦ ਨੂੰ ਮੈਂ ਆਪ ਛੱਡਿਆ ਆਪਣੇ ਆਪਣੀਆਂ ਆਪਣੇ ਜਿਹੜਾ ਹੋਸ਼ ਉਹ ਆਵਾਸ ਤੇ ਵਿੱਚ ਮੈਂ ਕੋੜੇ ਦੀ ਜਿਹੜੀ ਰਿਕਾਹ ਵਿੱਚ ਪੈਰ ਪਾ ਮੁੜ ਕੇ ਐਵੇਂ ਵੜ ਮੁੜ ਕੇ ਕੜੀ ਚਮਕੌਰ ਦੇ ਵਿੱਚ ਆਪਣੇ ਸਾਹਮਣੇ ਮੈਂ ਇੱਕ ਵਾਰ ਵੀ ਸੀ ਨਹੀਂ ਕੀਤੇ ਮਾ ਉਹਨਾਂ ਦੀਆਂ ਲੈ ਦੇ ਜੰਗਲਾਂ ਚ ਜਾ ਕੇ ਉੜ ਕੇ ਆਵਾ ਮੈਂ ਸਾਰੇ ਰੰਗ ਵੇਖੇ ਨੇ ਕਿਹੜੀ ਬਾਤ ਕਰਦਾ ਤੂੰ ਕੀ ਮੈਂ ਬਸਤੀ ਸੇ ਗੁਜ਼ਰਾ ਮੈਂ ਪਸਤੀ ਸੇ ਗੁਜ਼ਰਾ ਮੈਂ ਜਿੱਧਰ ਸੇ ਵੀ ਗੁਜ਼ਰਾ ਮੈਂ ਮਸਤੀ ਸੇ ਗੁਜ਼ਰਾ ਮੈਂ ਕਿਸੇ ਇਸ ਤਰ੍ਹਾਂ ਨਹੀਂਗਾ ਕਿ ਕਿਸੇ ਚੀਜ਼ ਨਾਲ ਪਕੜ ਕੀਤੀ ਹੋਏ ਜਾਂ ਕਿਸੇ ਚੀਜ਼ ਦਾ ਝੂਰਾ ਕੀਤਾ ਹੋਏ ਮੈਂ ਮਸਤ ਹੋ ਕੇ ਗੁਜ਼ਰਿਆ ਵਾ ਇਹ ਉਹ ਲੋਕ ਨੇ ਜਿਨਾਂ ਨੇ ਚੋਜ ਵੇਖਿਆ ਕਰਤਾਰ ਦਾ ਤੇ ਇਹ ਜਿਹੜੀ ਚੋਜੀ ਬਾਤ ਆ ਜਦੋਂ ਸਿੱਖ ਦੀ ਸੁਰਤੇ ਚ ਪੈ ਜਾਂਦੀ ਹੈ ਸਿੱਖ ਅਸੂਲ ਪ੍ਰਸਤ ਹੋ ਜਾਂਦਾ ਆ ਤੇ ਇਹ ਟੈਸਟ ਹੁੰਦੇ ਨੇ ਸਾਡੇ ਇਸ ਤਰ੍ਹਾਂ ਨਹੀਂ ਹੁੰਦਾ ਇਹ ਟੈਸਟ ਹੁੰਦੇ ਨੇ ਇਹ ਵਕਤਨ ਬਾ ਵਕਤਨ ਹੋਏ ਨੇ ਟੈਸਟ ਸਾਡੇ ਉਹ ਵੀ ਸਮਾਂ ਹੋਇਆ ਜਦੋਂ ਟੈਸਟ ਹੋਏ ਸਾਡੇ ਜਦੋਂ ਆ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਸਮਾਂ ਸਥਾਪਿਤ ਹੋਇਆ ਤੇ ਐਂਗਲੋ ਸਿੱਖ ਵਾਰ ਹੋਈਆਂ ਤੁਸੀਂ ਦੇਖੋ ਉੱਥੇ ਲੋਕਾਂ ਨੇ ਆਪਣੇ ਜ਼ਮੀਰ ਵਿੱਚ ਫੁਲਕੀਆਂ ਰਿਆਸਤਾ ਨੇ ਵਿੱਚ ਆਪਣੇ ਕਿਹੜਾ ਖੜਿਆ ਨਾਲ ਹੋ ਕੇ ਕੋਈ ਨਹੀਂ ਖੜਿਆ ਤੁਸੀਂ ਰਿਆਸਤ ਜੀਨ ਤੋਂ ਸ਼ੁਰੂ ਹੋ ਜੋ ਜੀਨ ਬੂੜੀਆਂ ਲਾਡਵਾ ਆਲ ਦਾ ਵੇ ਤੁਰੇ ਜਨ ਫੁਲਕੀਆਂ ਪਟਿਆਲਾ ਰਿਆਸਤਾ ਤੋਂ ਅਗਲੇ ਤੱਕ ਕਿਹੜਾ ਹੋਇਆ ਨਾਲ ਕੋਈ ਨਹੀਂ ਹੋਇਆ ਪਰ ਇਹ ਵੀ ਸੱਚ ਆ ਉਸ ਸਾਰੇ ਦੌਰ ਦੇ ਅੰਦਰ ਤੁਸੀਂ ਸ਼ਾਮ ਸਿੰਘ ਅਟਾਰੀ ਤੋਂ ਲੈ ਕੇ ਕਿ ਤੇ ਸ਼ੇਰ ਸਿੰਘ ਅਟਾਰੀ ਤੱਕ ਆ ਜਾਓ ਉਹ ਵੀ ਲੋਕ ਨੇ ਜਿਹਨੂੰ ਪਤਾ ਵੀ ਸੀਨਿਆਂ ਚ ਛੇਕ ਹੋਣੇ ਨੇ ਕੁਝ ਨਹੀਂ ਹੋਣਾ ਪਰ ਉਹ ਹੌਸਲਾ ਪ੍ਰਸਤੋ ਕੱਗੇ ਵਧੇ ਨੇ ਜਦਨ ਸ਼ਾਮ ਸਿੰਘ ਟਾਰੀ ਵਾਲਾ ਆਇਆ ਜੰਗ ਦੇ ਵਿੱਚ ਚਿੱਟਾ ਲਬਾਜ਼ ਪਾ ਕੇ ਆਇਆ ਬਿਲਕੁਲ ਕਦੀ ਬਿਲਕੁਲ ਪੂਰੇ ਚਿੱਟੇ ਦਸਤਾਰੇ ਤੋਂ ਲੈ ਕੇ ਪੈਰ ਦੀ ਜੁੱਤੀ ਤੱਕ ਚਿੱਟਾ ਕਦੀ ਵੀ ਨਹੀਂ ਹੋਇਆ ਜਦੋਂ ਪੁੱਛਿਆ ਸਰਦਾਰ ਸਾਹਿਬ ਅੱਜ ਸਾਰਾ ਹੀ ਬੇਰੰਗ ਹੋ ਗਿਆ ਸਾਰੇ ਚਿੱਟਾ ਹੋ ਗਿਆ ਕਹਿਣ ਲੱਗੇ ਪਤਾ ਆ ਕਫਨ ਪਾ ਕੇ ਆਜ ਅਜ 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 ਆਪਣੀ ਜਾਂ ਇਸ ਲੇਖੇ ਚ ਲਾ ਦੇਣੀ ਤੇ ਲਾ ਦਿੱਤੀ ਉਹਨੇ ਮਤਲਬ ਹੈ ਪਤਾ ਆ ਸੂਲ ਪ੍ਰਸਤ ਕੀ ਹੈ ਭਾਈ ਵਕਤ ਗਰਦਿਸ਼ ਦਾ ਦੌਰ ਆ ਗਿਆ ਹੈ ਏਡੇ ਵੱਡੀ ਤਾਕਤ ਦੁਨੀਆ ਦੀ ਜਿਹੜੀ ਜੇਤੂ ਹੈ ਉਹ ਸਾਡੀਆਂ ਸਾਹਮਣੇ ਖੜੀ ਹੈ ਪਰ ਐਟਲਿਸਟ ਮੈਦਾਨ ਦੇ ਵਿੱਚ ਜਾਣਾ ਹੈ ਮੈਦਾਨ ਦਾ ਪਤਾ ਤੇ ਲੱਗੇ ਮੈਦਾਨ ਕਿਵੇਂ ਜੁਝੀਦਾ ਹੈ ਤੇ ਅਲਟੀਮੇਟਲੀ ਉਸ ਮਰਜੀਬੜੇ ਯੋਧੇ ਦੀ ਸ਼ਮਸ਼ੀਰ ਅੱਜ ਵੀ ਪਈ ਹੈ ਲੰਡਨ ਮਿਊਜ਼ੀਅਮ ਦੇ ਵਿੱਚ ਜਦੋਂ ਉਹਨਾਂ ਨੇ ਕੱਢੀ ਉਹਦੇ ਦਸਤੇ ਦੇ ਵਿੱਚੋਂ ਸ਼ਮਸ਼ੀਰ ਉਹਦੀ ਉਂਗਲਾਂ ਵੱਢ ਕੇ ਕੱਢੀ ਆ ਮਤਲਬ ਸਾਹ ਸੱਤ ਮੁੱਕ ਗਿਆ ਪਰ ਸ਼ਮਸ਼ੀਰ ਦਾ ਦਸਤਾਨੇ ਛੁੱਟਿਆ ਉਹਦੇ ਹੱਥ ਦੇ ਵਿੱਚ ਛੈੜੀ ਨਾਲ ਵੱਡੀਆਂ ਨੇ ਉਂਗਲਾਂ ਇਸ ਤਰੀਕੇ ਨਾਲ ਟੱਕ ਪੈਨ ਉਹਦੇ ਉੱਤੇ ਅੰਦਰ ਉਹਦੇ ਮਾਰਕ ਲੱਗੇ ਛਾਣੀ ਨੱਕਟ ਕੇ ਕਿਉਂਕਿ ਉਹ ਜੇਤੂ ਜਰਨਲ ਦੀ ਸ਼ਮਸ਼ੀਰ ਵੈਪਨ ਨੂੰ ਸੰਭਾਲ ਕੇ ਰੱਖਦੇ ਨਾ ਜਿਵੇਂ ਜਰਨਲ ਨਿਆਜ਼ੀ ਦਾ ਜਿਹੜਾ ਰਵਾਲਵਰ ਅ ਸਰਦਾਰ ਅ ਅਰੋੜਾ ਨਿਜਕਜੀਤ ਸਿੰਘ ਅਰੋੜਾ ਨੇ ਜਦੋਂ ਉਹ ਸਰੈਂਡਰ ਕਰਵਾਇਆ 1972 ਦੇ ਵਿੱਚ ਤੇ ਉਹਦੇ ਹੁਣ ਤੋਂ ਗਵਾਤਾ ਉਹ ਕਹਿੰਦੇ ਗਵਾਚ ਗਿਆ ਲੰਡਨ ਉਹ ਬੰਗਾਲ ਦੇ ਮਿਊਜ਼ੀਅਮ ਦੇ ਵਿੱਚੋਂ ਉਹ ਸੱਚੇ ਖੱਬੇ ਕਰਤਾ ਉਹ ਕਹਿੰਦੇ ਲਾਸਟ ਹੋ ਗਿਆ ਉਹ ਰਵਾਲਵਰ ਜਰਨਲ ਨਿਆਜ਼ੀ ਦਾ ਇਸ ਰੂਪ ਦੇ ਵਿੱਚ ਆਪਣੇ ਹੱਥਾਂ ਦੇ ਵਿੱਚ ਲਿਆ ਸੀਗਾ ਸਰਦਾਰ ਜਗਜੀਤ ਸਿੰਘ ਅਰੋੜਾ ਕੜਾ ਰਿਆ ਇੱਥੇ ਉਹ ਮਤਲਬ ਹੱਥ ਉਂਗਲਾ ਵੱਢ ਕੇ ਲਿਆ ਜਾ ਰਿਹਾ ਸੋ ਇਹ ਹੈ ਇਹ ਅਸੂਲ ਪ੍ਰਸਤ ਕੀ ਹੈ ਧਰਤੀ ਦੇ ਉੱਤੇ ਸਾਧਨ ਸੰਸਾਧਨ ਇਹ ਕਿਤੇ ਨਹੀਂ ਜਾਂਦੇ ਇਹ ਸਾਡੇ ਤੋਂ ਪਹਿਲਾਂ ਵੀ ਇੱਥੇ ਸੀਗੇ ਫੁੱਲਾਂ ਦੇ ਰੂਪ ਦੇ ਜਿਉਜ ਉਸ ਰੂਪ ਦੇ ਚ ਮਹਾਰਾਜ ਨੇ ਬਾਤ ਕੀਤੀ ਅਸੀਂ ਉਹ ਦੌਰ ਦੇਖਿਆ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਬਾਅਦ ਜਾਣ ਵਾਲਾ ਦੌਰ ਫਿਰ ਵਕਤ ਆਪਣੀ ਜਾਚੇ ਬਤੀਤ ਹੋਇਆ ਫਿਰ ਤੁਸੀਂ ਜਦ ਝਾਤ ਮਾਰੋ ਉਸ ਇਤਿਹਾਸ ਦੇ ਵਿੱਚ ਮਤਲਬ ਬੱਬਰ ਅਕਾਲੀ ਲਹਿਰ ਗਦਰੀ ਬਾਬੇ ਉਹਦੇ ਇੱਕ ਤੋਂ ਬਾਅਦ ਇੱਕ ਤੁਹਾਨੂੰ ਮੰਜ਼ਰ ਮਿਲੇਗਾ ਉਹਨਾਂ ਨੂੰ ਨਹੀਂ ਦੱਸਦਾ ਵੀ ਇੱਥੇ ਜਗੀਰਾ ਮਿਲਦੀਆਂ ਨੇ ਇੱਥੇ ਇਹਨਾਂ ਦੇ ਪ੍ਰਸਤਗੀ ਕਰਕੇ ਮਤਲਬ ਲੋਕੀ ਹੁਣ ਤੇ ਕਹਿੰਦੇ ਚਲੋ ਇਹ ਐ ਅਨਫੋਰਚੂਨੇਟ ਪਾਰਟ ਐ ਵੀ ਸਾਡੀ ਪੜਨ ਦੀ ਰੁਚੀ ਬਹੁਤ ਖਤਮ ਹੋ ਗਈ ਹੈ ਮਾਫੀ ਚਾਹੁੰਦਾ ਮੈਂ ਆਪਣੇ ਜਿਹੜੇ ਜਿਨ੍ਹਾਂ ਦੀ ਡਿਊਟੀ ਹੈ ਕਿਉਂਕਿ ਦੇਖੋ ਹਰ ਬੰਦਾ ਬੁਲਾਰਾ ਨਹੀਂ ਹੁੰਦਾ ਹਰ ਬੰਦਾ ਹਰ ਕੰਮ ਵੀ ਨਹੀਂ ਕਰ ਸਕਦਾ ਕੁਦਰਤ ਪਿਕ ਕਰਦੀ ਹੈ ਕਈਆਂ ਨੂੰ ਕੁਦਰਤ ਇਸ ਕਿਸਮ ਦੀ ਤੌਫੀਕੀਅਤ ਦਿੰਦੀ ਹੈ ਉਹ ਲੀਡ ਕਰ ਸਕਦੇ ਨੇ ਉਹ ਕੁਝ ਗਿਆਨ ਵੰਡ ਸਕਦੇ ਨੇ ਦੇ ਸਕਦੇ ਨੇ ਅਗਵਾਈ ਕਰ ਸਕਦੇ ਨੇ ਉਸ ਰੂਪ ਦੇ ਵਿੱਚ ਫਿਰ ਉਹਦੀ ਡਿਊਟੀ ਵੱਜ ਜਾਂਦੀ ਹੈ ਉਹ ਡਿਊਟੀ ਉਸ ਰੂਪ ਵਿੱਚ ਹੁੰਦੀ ਹੈ ਕਿ ਉਹਨਾਂ ਨੇ ਵੱਧ ਤੋਂ ਵੱਧ ਉਸ ਰੂਪ ਦੇ ਵਿੱਚ ਸਾਡਾ ਆਪਣਾ ਹੀ ਜਿਹੜਾ ਅੱਜ ਪ੍ਰਚਾਰਕ ਤਬਕਾ ਆ ਬਹੁਤ ਜਿਨ੍ਹਾਂ ਦੀ ਬੜੀ ਵੱਡੀ ਡਿਊਟੀ ਹੈ ਉਹਨਾਂ ਦੇ ਵਿੱਚ ਵੀ ਮੈਂ ਪੜ੍ਹਾਈ ਦਾ ਦਸਤੂਰ ਖਤਮ ਹੁੰਦਾ ਦੇਖ ਰਿਹਾ ਤੇ ਉਹਦੇ ਲਈ ਜ਼ਿੰਮੇਵਾਰ ਉਹ ਨਹੀਂ ਗਏ ਉਹਦਾ ਕਾਰਨ ਇਹ ਬਣ ਗਿਆ ਕਿ ਧਰਤੀ ਤੇ ਅਡੰਬਰ ਵਿਕਦਾ ਆ ਪਖੰਡ ਵਿਕਦਾ ਆ ਇੱਥੇ ਮਤਲਬ ਅਜੀਬ ਹਾਲਤ ਹੈ ਗੁਣ ਦੀ ਕਦਰ ਘਟਦੀ ਜਾ ਰਹੀ ਹੈ ਉਹ ਕਹਿੰਦੇ ਗੁਣ ਕਮਾਣਾ ਕਾਦੇ ਲਈ ਆ। ਉੱਥੋਂ ਫਿਰ ਸਾਰੀ ਸਮੱਸਿਆ ਅਗਲੇ ਪੜਾਜ ਆ ਗਈ ਹੈ। ਅਦਰਵਾਈਜ਼ ਜੇ ਬੜੇ ਗਾਉ ਨਾਲ ਦੇਖੋਗੇ ਤੁਸੀਂ ਤੇ ਜਿਹੜੀ ਲੜਾਈ ਸਾਡੀ ਅੰਗਰੇਜ਼ਾਂ ਦੇ ਨਾਲ ਪਾਰਕਾਂ 'ਚ ਲਿਖਿਆ ਇੰਡੀਅਨਸ ਐਂਡ ਡੌਗਸ ਆਰ ਨੋਟ ਅਲਾਉਡ। ਥੈਟ ਵਾਸ ਬਲੈਕ ਰਿਟਨ ਇਨ ਬਲੈਕ ਐਂਡ ਵਾਈਟ। ਇੰਡੀਅਨਸ ਐਂਡ ਡੌਗਸ ਆਰ ਨੋਟ ਅਲਾਉਡ। ਜਦੋਂ ਕੋਈ ਉਸ ਧਰਤੀ ਦਾ ਕੋਈ ਵੀ ਇਨਸਾਨ ਜਾਇਆ ਹੋਇਆ ਜਾ ਕੇ ਦੇਖੇਗਾ ਪਾਰਕ 'ਚ ਲਿਖਿਆ ਕਿਵੇਂ ਖੂਨ ਖੋਲੇਗਾ। ਇੱਥੋਂ ਜੰਗ ਸ਼ੁਰੂ ਹੋਈ ਸਾਰੇ। ਜੰਗ ਸਿਰਫ ਇਹ ਨਹੀਂ ਕਿ ਕਿਸੇ ਇੱਕ 엘ੀਟ ਨੂੰ ਪਾਵਰ ਟਰਾਂਸਫਰ ਕਰਾ ਕੇ ਕਬਜ਼ੇ 'ਚ ਕਰਾਉਣਾ ਹੈ ਤੋ ਉਹਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ ਤੋ ਉਹਨੂੰ ਉਸ ਰੂਪ ਦੇ ਵਿੱਚ ਇਹ ਤੇ ਉਹਨਾਂ ਨੇ ਜਿਹੜਾ ਇੱਕ ਉਹਦੇ ਚ ਐਕਸੈਸ ਲੱਭਿਆ ਨਾ ਵੀ ਆਪਾਂ ਐਵੇਂ ਕਰਕੇ ਈਜ਼ੀ ਲੱਭ ਲੈਣੀ ਐ ਐਕਸੈਸ ਇੰਨੇ ਚ ਇੱਕ ਤੇਰ ਖਰੀਦ ਕੇ ਤੇ ਉਹਨੂੰ ਉਹਦੀ ਝੋਲੀ ਪਾ ਦੇਣੇ ਆ ਅਦਰਵਾਇਜ਼ ਲੜਾਈ ਤੇ ਬੜੀ ਵੱਡੀ ਸੀ ਲੜਾਈ ਤੇ ਹੱਕ ਹਕੂਕ ਦੀ ਸੀ ਉਹਦੇ ਵਿੱਚ ਜੂਝਣ ਵਾਲੇ ਤੁਹਾਡੇ ਪੁਰਖੇ ਸੀ ਸਾਰੇ ਦੇ ਸਾਰੇ ਚਲੋ ਵਕਤ ਨੇ ਆਪਣੀ ਚਾਲ ਬਤੀਤ ਕੀਤੀ ਉਸ ਰੂਪ ਦੇ ਵਿੱਚ 47 ਆ ਗਿਆ ਤੇ 47 ਆ ਗਿਆ ਤੋ ਨੇ ਕਿ ਲਾਈਨ ਖਿੱਚੋ ਇੱਥੋਂ ਆ ਇਸ ਪਾਸੇ ਤੇ ਆ ਇਸ ਪਾਸੇ ਤੇ ਜਿਹੜੇ ਇਸ ਪਾਸੇ ਨੇ ਲਾਈਨ ਦੇ ਵਿੱਚ 라ਵੀ ਦੇ ਨਾਲ ਨਾਲ ਪਰਲੇ ਪਾਸੇ ਜ਼ਮੀਨਾਂ ਜਾਇਦਾਦਾਂ ਹਵੇਲੀਆਂ ਸਾਰਾ ਕੁਝ ਹੈਗਾ ਉਹ ਕਹਿੰਦੇ ਹਾਂ ਮਾਣੋ ਸਾਰਾ ਕੁਝ ਕੀ ਕੀ ਦਿੱਕਤ ਕੋਈ ਦਿੱਕਤ ਨਹੀਂ ਹੈ ਕਰਨਾ ਕੀ ਕਲਮਾ ਪੜ ਲੈਣਾ ਬਸ ਇੰਨੀ ਕੰਡੀਸ਼ਨ ਸੀ ਕੰਡੀਸ਼ਨ ਤੇ ਕੋਈ ਜ਼ਿਆਦਾ ਵੱਡੀ ਨਹੀਂ ਸੀ ਜਸਟ ਇਹ ਹੈ ਕਿ ਤੁਸੀਂ ਨਾਨਕ ਪ੍ਰਸਤਨਾ ਨਾ ਰਹਿ ਕੇ ਜੋਸੀਂ ਕਹਿ ਰਹੇ ਉਹਦੀ ਪ੍ਰਸਤਗੀ ਚ ਆ ਜਾਓ ਇੰਨੀ ਬਾਤ ਸੀਗੀ ਤੁਸੀਂ ਦੇਖੋ ਅਸੂਲ ਪ੍ਰਸਤਾ ਨੇ ਕੀ ਕੀਤਾ ਤੁਹਾਡੇ ਪੁਰਖਿਆਂ ਤੁਹਾਡੇ ਬਜ਼ੁਰਗਾਂ ਨੇ ਬਿਲੀਅਨਸ ਆਫ ਮਿਲੀਅਨ ਜਨਨਾ ਚਲੀਆਂ ਗਈਆਂ ਮਤਲਬ ਅਰਬਾਂ ਖਰਬਾਂ ਦੀ ਜਾਇਦਾਦ ਘਟੇ ਦੇ ਪਾਰ ਉਲ ਗਈ ਛੱਡ ਕੇ ਉਲੇ ਪਾਸੇ ਆ ਗਏ ਅਸੂਲ ਪ੍ਰਸਤਤੀ ਹੈ ਤੇ ਇਹ ਨਹੀਂ ਕਿਤੇ ਚਲੀ ਗਈ ਨਾ ਇੱਕ ਛੋਟੀ ਜਿਹੀ ਐਗਜ਼ਾਮਪਲ ਕਰੀ ਕਿ ਇਹ ਚੋਜ ਨੇ ਕਰਤਾਰ ਦੇ ਇਹ ਬੜੇ ਰੰਗਾਂ ਚ ਰੰਗ ਰੰਗਦਾ ਆ ਸਾਨੂੰ ਵਕਤੀ ਤੌਰ ਤੇ ਲੱਗਦਾ ਬੜੀ ਵੱਡੀ ਤਕਲੀਫ ਆ ਕਈ ਵਾਰ ਇਹ ਹੁੰਦਾ ਜਦੋਂ ਮਾਂ ਬੱਚੇ ਨੂੰ ਜਣਦੀ ਹੈ ਉਹਦੀ ਪੀੜਾ ਦੀ ਇੰਤਹਾ ਹੁੰਦੀ ਹੈ ਪਰ ਉਸ પીડા ਚ ਇੱਕ ਮਹਾ ਸੁਖ ਨੇ ਜਨਮ ਲੈਣਾ ਆ। ਉਸ ਨੂੰ ਇੱਕ ਰਤਬਾ ਮਿਲਣਾ ਹੈ ਮਾਂ ਹੋਣ ਦਾ। ਕੁਦਰਤ ਇਸ ਰੂਪ ਵਿੱਚ ਘਟਦੀ। ਜਦੋਂ ਬੰਦਾ ਅਧਿਆਤਮ ਤਲ ਦੇ ਉੱਤੇ ਉਸ ਕਰਤਾਰ ਦੀ ਵੱਡੀ ਖੇਡ ਨੂੰ ਸਮਝਣ ਦੇ ਥੋੜਾ ਜਿਹਾ ਵੀ ਸਮਰੱਥ ਹੁੰਦਾ ਹੈ ਨਾ ਤੇ ਬਾਬਾ ਜੀ ਕਹਿੰਦੇ ਫਿਰ ਉਹਦੇ ਹਿਰਦੇ ਚੋਂ ਬਾਤ ਨਿਕਲਦੀ ਏ। ਚੋਜੀ ਮੇਰੇ ਪਿਆਰ ਆ। ਤੇਰਾ ਚੋਜ ਹੈ ਬੜਾ ਵੱਡਾ ਹੈ। ਨਹੀਂ ਤੇ ਲੋਕੀ ਰੋਂਦੇ ਸ਼ਿਕਵੇ ਸ਼ਿਕਾਇਤਾਂ ਕਰਦੇ ਕਲਪਦੇ ਹੋਏ। ਸਾਡਾ ਇਸ ਲਈ ਸਾਡਾ ਆਈਡੀਅਲ ਨਹੀਂ ਬਣਿਆ ਅਜ ਆਖਾਂ ਵਾਰਿਸ਼ਾ ਨੂੰ ਕਿ ਤੇ ਕਬਰਾਂ ਵਿੱਚੋਂ ਬੋਲ ਇਹ ਸਾਡਾ ਆਈਡੀਅਲ ਨਹੀਂਗਾ ਇਹ ਐਕਚੁਅਲੀ ਇੱਕ ਉਹ 엘ੀਟ ਤੇ ਰਿਆ ਜਿਹੜੀ ਤੇ ਕਹਿੰਦੀ ਚੀਜ਼ਾਂ ਐਵੇਂ ਰਹਿਣ ਖਰਾਬ ਨਾ ਹੋਣ ਵਧੀਆ ਕੰਫਰਟ ਆ ਬਸ ਕਰੋ ਕਿਉਂ ਖਰਾਬ ਕਰ ਰਹੇ ਹੋ ਜਿਹੜੀ ਤੇ ਕਹਿੰਦੀ ਨਾ 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 ਇਹ ਕਰਤਾਰ ਦੀ ਵੱਡੀ ਖੇਡ ਆ ਇੱਥੇ ਕਦੀ ਚੌਰਵੀ ਚੁੱਲਣਗੇ ਕਦੀ ਇੱਥੇ ਦੂਜੇ ਰੂਪ ਵਿੱਚ ਵੀ ਜਾਣਾ ਪੈਗਾ ਪਰ ਅਸੂਲ ਦੀ ਪਲਪਾਲਣਾ ਕਰਨੀ ਹੈ ਉਹ ਜੇਤੂ ਹੋਣਾ ਚਾਹੀਦਾ ਹੈ ਇਹ ਜਿਹੜੀ ਚੀਜ਼ ਆ ਇਹ ਮਨੁੱਖਵਾਦੀ ਹੈ ਮਨੁੱਖਵਾਦੀ ਕੰਫਰਟ ਨੂੰ ਕਿਸੇ ਇੱਕ ਖਾਸ ਚੀਜ਼ ਨੂੰ ਕਿਸੇ ਇੱਕ ਖਾਸ ਸਮੇਂ ਨੂੰ ਪਕੜ ਕੇ ਤੇ ਉਹਦੇ ਗੁਲਾਮ ਬਣ ਕੇ ਰਹਿਣਾ ਇਹ ਮਨੁੱਖਵਾਦੀ ਨਹੀਂ ਹੋਣਾ ਇਹ ਤੇ ਹੀਣ ਭਾਵਨਾ ਹੈ ਇਹਦੀ ਸਮਝ ਦਿੰਦੇ ਨੇ ਗੁਰੂ ਬਾਬਾ ਜੀ ਇਹਨਾਂ ਤੇ ਇਹਨਾਂ ਦੇ ਸ਼ਬਦਾਂ ਤੋਂ ਕੀਰਤਨ ਕਰਨਾ ਨਾ ਜਦੋਂ ਸੁਰ ਤੋਂ ਲੈਵਲ ਤੇ ਚਲੀ ਜਾਣੀ ਫਿਰ ਹਰ ਚੀਜ਼ ਚੋਜ ਨਜ਼ਰ ਪਏਗੀ ਫਿਰ ਬੰਦਾ ਛੋਟੀਆਂ ਚੀਜ਼ਾਂ ਦੇ ਮਗਰ ਨਹੀਂ ਭੱਜੇਗਾ ਇਹ ਨਹੀਂ ਕਹੇਗਾ ਵੀ ਹਾਂ ਮੈਨੂੰ ਨਾ ਐਵੇਂ ਦਾ ਸੁੱਖ ਮਿਲ ਜਾਏ ਐਵੇਂ ਦੀ ਚੀਜ਼ ਮਿਲ ਜਾਏ ਇਹ ਸਾਡਾ ਲੋਅਰ ਲੈਵਲ ਆ ਜਦੋਂ ਅਸੀਂ ਧਰਤੀ ਦੇ ਉੱਤੇ ਗੁਰੂ ਤੇ ਗੁਰੂ ਦੇ ਬਣਾਏ ਅਸਥਾਨ ਆਪਣੇ ਧਾਮ ਆਪਣੇ ਜਿਹੜੇ ਖਾਸ ਕਰਕੇ ਦਿਹਰੇ ਨੇ ਇਹਨਾਂ 'ਚ ਜਾ ਕੇ ਸੁਖਣਾਵਾ ਸੁਖ ਰਹੇ ਆ ਤੇ ਸਾਡਾ ਲੋਅਰ ਲੈਵਲ ਆ ਜਿਸ ਸੁਖ ਦੀ ਅਸੀਂ ਬਾਣੀ 'ਚ ਬਾਤ ਪੜ ਰਹੇ ਹਾਂ ਉਹ ਸੁਖ ਸਾਨੂੰ ਅਹਿਸਾਸ ਹੀ ਨਹੀਂਗਾ ਬਾਣੀ ਦਾ ਬਚਨ ਆਖਾਂ ਜੀਵਾਂ ਹੁਣ ਕਿੱਡੀ ਵੱਡੀ ਕਿੱਡਾ ਆਈਡੀਆ ਲੈ ਦੇਖੋ ਤੁਸੀਂ ਮੇਰੀ ਜ਼ਿੰਦਗੀ ਦਾ ਆਈਡੀਅਲ ਬਹੁਤ ਵੱਡਾ ਆ ਹੁਣ ਇਹ ਨੂੰ ਮੰਨਣਾ ਇਹ ਬੰਦਾ ਕਹਿੰਦਾ ਕਿਹੜੀਆਂ ਗੱਲਾਂ ਕਰਦੇ ਹੋ ਭਈ ਬਾਣੀ ਦੀ ਗੱਲ ਹੀ ਕਰ ਰਹੇ ਆ ਮੈਂ ਬਾਣੀ ਦੇ ਨੇੜੇ ਨਹੀਂ ਗਾ ਇਹ ਮੇਰੀ ਮੇਰੀ ਕਮਜ਼ੋਰੀ ਹੈ ਮੇਰੀ ਕਮੀ ਹੈ ਅਦਰਵਾਈਜ਼ ਬਾਣੀ ਤੇ ਸੱਚ ਦੱਸ ਰਹੀ ਹੈ ਆਹ ਮਹਾਰਾਜ ਦਾ ਬਚਨ ਇਹਦੇ ਵਾਪਸ ਆਈਏ ਸਭ ਬਿਆਨ ਕਰਦੇ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰ ਆ ਇਹ ਵਾਹਿਗੁਰੂ ਜੀ ਇਹ ਤੇਰੇ ਚੋਜ ਨੇ ਸਾਰੇ ਹਰਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਕਾਨ ਉਪਾਏ ਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਓ ਕਾਨ ਤੇ ਗੋਪੀ ਇਹ ਖੇਡ अवतारी रूपਾਂ 'ਚ ਤੋਂ ਗੱਲ ਕਰਦੇ ਆ ਨਾ ਅਸੀਂ ਭਾਰਤੀ ਖੇਤ 'ਚ ਅਵਤਾਰਾਂ ਦੀ ਪੂਜਾ ਹੋਈ ਐ। ਆ ਦੋ ਅਵਤਾਰ ਮੇਨ ਅਵਤਾਰ ਮੰਨੇ ਗਏ ਨੇ ਬਾਕੀ ਸਾਰੇ ਜਿਹੜੇ ਨੇ ਉਸ ਤੋਂ ਬਾਅਦ ਦੇ ਅਵਤਾਰ ਨੇ। ਜਿਹੜਾ ਮੇਨ ਦੋ ਅਵਤਾਰ ਮੰਨੇ ਗਏ। ਬਸ ਤੇ ਤਿੰਨ ਅਵਤਾਰ ਕਹਿੰਦੇ ਪਹਿਲਾ ਅਵਤਾਰ ਬੋਨਾ ਅਵਤਾਰ ਆ ਜਿਹਨੂੰ ਖਾਸ ਤਰਕੇ ਨਰਸਿੰਘ ਅਵਤਾਰ ਵੀ ਕਿਹਾ ਜਾਂਦਾ ਐ। ਆ ਸਤਜੁਗ ਦਾ ਜਿਹੜਾ ਮਤਲਬ ਉਸ ਰੂਪ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਤ੍ਰੇਤੇ ਦਾ ਅਵਤਾਰ ਸ਼੍ਰੀ ਰਾਮਚੰਦਰ ਨੂੰ ਕਿਹਾ ਜਾਂਦਾ ਉਹਨੂੰ ਕਹਿੰਦੇ 14 ਕਲਾ ਆ। ਕ੍ਰਿਸ਼ਨ ਜੀ ਨੂੰ ਕਹਿੰਦੇ ਨੇ ਜੋ ਵੱਡਾ ਆ ਉਹ 16 ਕਲਾ ਆ ਕਿਉਂਕਿ ਉਹਦੇ 'ਚ ਇੱਕ ਰਾਸ ਤੇ ਚੀਜ਼ਾਂ ਨੂੰ ਸਿਰਫ ਇੱਕ ਮਤਲਬ ਪੈਰਾਮੀਟਰ ਦੇ ਵਿੱਚ ਲਾਈਨ 'ਚ ਬਣਾ ਕੇ ਨੂੰ ਵੇਖਦਾ ਲਾਈਨ ਤੋੜ ਕੇ ਵੀ ਜਾਂਦਾ ਸੱਜੇ ਖੱਬੇ ਥੋੜਾ ਜਿਹਾ ਸੋ ਸੰਸਾਰ ਦੇ ਇਸ ਰੂਪ ਨੂੰ ਥੋੜਾ ਮੰਨਦਾ ਹੈ ਉਸ ਰੂਪ ਵਿੱਚ ਬਾਤ ਕੀਤੀ ਗਈ ਪਰ ਇੱਥੇ ਜੋ ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਬਾਤ ਕਰਦੇ ਮਹਾਰਾਜ ਬਿਆਨ ਕਰਦੇ ਹਰੇ ਆਪੇ ਕਾਨ ਉਪਾਇੰਦਾ ਇਹੋ ਜੇ ਕਾਨ ਕ੍ਰਿਸ਼ਨ ਉਹ ਕਰਤਾਰ ਆਪਣੇ ਹੁਕਮ ਵਿੱਚ ਪੈਦਾ ਕਰਦਾ ਆ ਇਹ ਮੰਜ਼ਰੇ ਆਮ ਤਾਂ ਉਹਦੇ ਉਹਦੇ ਰੰਗ 'ਚ ਉਹਦੇ ਹੁਕਮ ਵਿੱਚ ਆ ਰਹੀ ਹੈ ਮੇਰੇ ਗੋਵਿੰਦਾ ਹਰੇ ਆਪੇ ਗੋਪੀ ਖੋਜੀ ਜੀਓ ਗੋਪੀ ਖੋਜੀ ਜੀਓ ਗੋਪੀ ਗਵਾਲੇ ਨੇ ਕ੍ਰਿਸ਼ਨ ਨੂੰ ਲੱਭਣ ਵਾਲੇ ਗਵਾਲੇ ਸੀਗੇ ਗਵਾਲਿਆਂ ਨੇ ਗਵਾਲੇ ਲੋਕ ਨੇ ਆਮ ਲੋਕ ਨੇ ਆਮ ਲੋਕਾਂ ਦੀ ਸਥਾਪਤੀ ਚ ਕ੍ਰਿਸ਼ਨ ਵਰਗਾ ਕਿਰਦਾਰ ਨਿਕਲਦਾ ਆ ਨਹੀਂ ਤੇ ਜਿਹੜਾ ਐਲੀਟ ਸੀਗਾ ਉਹ ਤੇ ਐਵੇਂ ਤੇ ਰਾਜਕੁਮਾਰ ਨੂੰ ਮਾਰ ਦਿੰਦਾ ਪਤਾ ਵੀ ਨਹੀਂ ਸੀ ਲੱਗਣਾ ਦੇਵਕੀ ਨੰਦਨ ਦਾ ਕੀ ਬਣਿਆ ਉਤੇ ਗਵਾਲੇ ਖੜੇ ਹੋਏ ਉਹਦੇ ਨਾਲ ਤੇ ਗਵਾਲਿਆਂ ਦੇ ਵਿੱਚ ਰਹਿ ਕੇ ਉਸਨੇ ਐਲੀਟ ਤੋਂ ਲੋਅਰ ਲੈਵਲ ਤੇ ਕੋ ਗਵਾਲੇ ਆਮ ਲੋਕ ਨੇ ਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਬਾਬਤ ਕਹਿੰਦਾ ਇਹਨਾਂ ਨੂੰ ਬਹੁਤਾ ਤਰੀਕਾ ਸਲੀਕਾ ਨਹੀਂ ਹੁੰਦਾ ਇਹਨਾਂ ਨੂੰ ਬਹੁਤੀ ਸਮਝ ਨਹੀਂ ਹੁੰਦੀ ਹਾਂ ਬਿਲਕੁਲ ਠੀਕ ਹੈ ਪਰ ਹਾਂ ਇਹਨਾਂ ਦੀ ਨਾਸਮਝੀ ਦੇ ਵਿੱਚ ਵੀ ਇੱਕ ਵੱਡੀ ਸਮਝ ਹੁੰਦੀ ਏ ਉਹ ਸਮਝ ਇਹ ਐ ਭੋਲਾਪਨ ਐ ਅਪੋਲਪੁਣਾ ਉਹਨਾਂ ਦੇ ਵਿੱਚ ਕ੍ਰਿਸ਼ਨ ਜੀ ਇਹਨਾਂ ਗਵਾਲਿਆਂ ਨੂੰ ਯੂਜ਼ ਕਰਦੇ ਕੰਸ ਨੂੰ ਮਾਰਨ ਵਿੱਚ ਸਭ ਕਾਸੇ ਨੂੰ ਬਲਰਾਮ ਨੂੰ ਨਾਲ ਲੈ ਕੇ ਤੇ ਮੁੜ ਕੇ ਮੁੜ ਕੇ ਇੱਥੋਂ ਜਿਉਂ ਜਾਂਦੇ ਉੱਥੇ ਦਵਾਰਕਾ ਜਿਹੜਾ ਆ ਉੱਥੇ ਕਾਠਿਆਵੜ ਤੇ ਕਾਠਿਆਵੜ ਜਾ ਕੇ ਐਸੇ ਬੈਠਦੇ ਗੁਜਰਾਤ ਦੇ ਵਿੱਚ ਮੁੜ ਕੇ ਆਉਂਦੇ ਨੇ ਕਿ ਇਹ ਵਿਚਾਰੇ ਸਨੇਹੇ ਭੇਜੀ ਜਾਂਦੇ ਸਾਨੂੰ ਮਿਲਣ ਤੇ ਆ ਜਾਓ ਚਿੱਤ ਬੜਾ ਤੜਪਦਾ ਆਇਆ ਤੁਣ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਜਦੋਂ ਤੁਸੀਂ ਬੜੇ ਡਿਟੇਲ ਚ ਦੇਖੋਗੇ ਤੇ ਉਹ ਤੇ ਬਸ ਸਾਨੂੰ ਸਾਡਾ ਜ਼ੋਰ ਤਾਕਤ ਇਸਤੇਮਾਲ ਕੀਤੀ ਇਸ ਤੋ ਚਲੇਗੇ ਸਰੂਪ ਦੇ ਵਿੱਚ ਇਹਦਾ ਇੱਕ ਜ਼ਿਕਰ ਲਿਟਰੇਚਰ ਚ ਮਿਲਦਾ ਆ ਪਰ ਮਹਾਰਾਜ ਬਿਆਨ ਕਰਦੇ ਵੀ ਚੋਜਿਆ ਉਹਦੀ ਇਹ ਖੇੜਿਆ ਉਹਦੀ ਇਸ ਖੇੜ ਵਿੱਚੋਂ ਅਗਲਾ ਮੰਜ਼ਰ ਨਿਕਲਦਾ ਆ ਕਿਸੇ ਵੀ ਚੀਜ਼ ਵਿੱਚ ਐਵੇਂ ਅਸੀਂ ਮੋਸਟਲੀ ਸਾਡੇ ਇਸ ਨਾ ਸਮਝਣ ਵਾਸਤੇ ਦੇਖਣਾ ਹੋਏ ਤੇ ਅਸੀਂ ਆਪਣੀ ਲੀਡਰਸ਼ਿਪ ਨੂੰ ਬਹੁਤ ਕੋਸ ਤੇ ਹੁਣ ਬਾਰੇ ਕੋਈ ਗੱਲ ਨਹੀਂ ਕਰਦੇ ਜਿੱਥੇ ਅਸੀਂ ਬੈਠਦੇ ਆ ਇਹ ਸਾਰਾ ਮਾਸਟਰ ਤਾਰਾ ਸਿੰਘ ਦਾ ਕਸੂਰ ਆ ਇਹ ਬਲਦੇਵ ਸਿੰਘ ਦਾ ਕਸੂਰ ਆ ਇਹ ਨਾ ਹੁਕਮ ਸਿੰਘ ਦਾ ਕਸੂਰ ਆ ਇਹ ਪਤਾ ਹੀ ਲੱਗਾ ਇਹਨਾਂ ਨੂੰ ਭਾਈ ਹੁਣ ਹੁਣ ਪਛਾਣ ਲਓ ਹੁਣ ਕੀ ਹੋ ਗਿਆ ਇੱਕ ਪਲ ਲਵਾਂਗਾ ਤੁਹਾਡਾ ਇੱਕ ਮਿੰਟ ਸਮਾਂ ਸਮਾਪਤ ਹੈ ਮੇਰਾ ਆਲਮੋਸਟ ਸਦਾ ਕੁਲਵੰਤ ਸਿੰਘ ਬੀਏ ਸਾਡੇ ਬਹੁਤ ਨਾਮ ਵਰ ਢਾਡੀ ਹੋਏ ਨੇ ਤੁਸੀਂ ਸ਼ਦ ਨਾਮ ਸੁਣਿਆ ਹੋਵੇ ਲੰਬਾ ਸਮਾਂ ਕੈਨੇਡਾ ਵਿੱਚ ਰਹੇ ਨੇ ਮੈਂ ਦਿਨਾਂ ਦੇ ਲੋਕਾਂ ਨੂੰ ਸੁਣਿਆ ਆ ਜਿਹਨ ਇੱਕ ਆਪਣੀ ਬੌਧਿਕਤਾ ਮੇਰੀ ਸਮਰੱਥਾ ਆ ਉਹਦੇ ਮੁਤਾਬਕ ਮੈਨੂੰ ਇਤਿਹਾਸ ਦੇ ਸਭ ਤੋਂ ਵਾਕਿਫ ਸ਼ਖਸ ਲੱਗਿਓ ਆਪਣੇ ਸਮੇਂ ਦੇ ਚ ਟਾਡੀ ਇੱਕ ਪਰੰਪਰਾ ਦੇ ਵਿੱਚ ਮਤਲਬ ਬਹੁਤ ਉਮਦਾ ਤਰੀਕੇ ਨਾਲ ਮਨ ਦੇ ਕੋਲ ਬੈਠ ਕੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਉਹਨਾਂ ਦੇ ਨਾਲ ਉਸ ਉਹਨਾਂ ਦੀ ਪੂਰੀ ਲਾਇਬ੍ਰੇਰੀ ਮੈਂ ਦੇਖੀ ਜਿੱਥੇ ਪੜ੍ਹਦੇ ਸੀ ਬੈਠ ਕੇ ਬੈਨਕੁਰ ਕਰ ਮੌਕਾ ਬਣਿਆ ਇੱਕ ਵਾਰ ਇਹਨਾਂ ਨੂੰ ਇੱਕ ਦੋ ਵਾਰ ਸਟੇਜ ਤੇ ਸੁਣਨ ਦਾ ਉਹ ਸਿੱਖ ਰਾਜ ਕਿਵੇਂ ਗਿਆ ਇਹਦੇ ਉੱਤੇ ਆਪਣੀ ਟਾਡੀ ਕਲਾ ਦਾ ਮੁਜਾਹਰਾ ਕਰ ਰਹੇ ਨੇ ਦਸ਼ਮੇਸ਼ ਦਰਬਾਰ ਗੁਰਦਵਾਰਾ ਸਭ ਸਰੀ ਦੇ ਵਿੱਚ ਮੈਂ ਉੱਥੇ ਕਥਾ ਕਰ ਰਿਹਾ ਸੀ ਕਾਫੀ ਸਾਲ ਪਹਿਲਾਂ ਦੀ ਗੱਲ ਹੈ ਖੈਰ ਉਹ ਬੜੇ ਉਮਦਾ ਬੁਲਾਰੇ ਸੀਗੇ ਜਦੋਂ ਨੇ ਚਿੱਤਰ ਪੇਸ਼ ਕੀਤਾ ਕਮਰ ਨੌ ਨਿਹਾਲ ਸਿੰਘ ਦੇ ਗੁਜਰਨ ਦਾ ਦਿਲ ਵਿਨਿਆ ਗਿਆ ਮੈਂ ਸੰਗਤ ਦੇ ਵਿੱਚ ਸਿਸਕਣ ਤੇ ਬੁਸਕਣ ਦੀ ਆਵਾਜ਼ ਸੁਣੀ ਪੂਰੇ ਜ਼ੋਰ ਲਾ ਕੇ ਸਿੱਧੇ ਤੌਰ ਤੇ ਅੱਖਾਂ ਨਮ ਹੋ ਰਹੀਆਂ ਸਿਸਕ ਰਹੀ ਸੰਗਤ ਰੋ ਰਹੀ ਇਤਨਾ ਜ਼ਿਆਦਾ ਜਜ਼ਬਾਤ ਦੇ ਵਹਿਣ ਚ ਸੰਗਤ ਵਹਿ ਗਈ ਇੱਕ ਬਜ਼ੁਰਗ ਸ਼ਖਸ ਅੱਗੇ ਬੈਠੇ ਸੁੱਟ ਕੇ ਖੜੇ ਹੋ ਗਏ ਉੱਠ ਕੇ ਉਹ ਕੁਲਵੰਦ ਸਿਆ ਬਸ ਕਰ ਓਏ ਬੜਾ ਹੋ ਗਿਆ ਹੁਣ ਨਹੀਂ ਸੁਣਿਆ ਜਾਂਦਾ ਉਹ ਬਸ ਕਰ ਓਏ ਬੜਾ ਹੋ ਗਿਆ ਹੁਣ ਨਹੀਂ ਸੁਣਿਆ ਜਾਂਦਾ ਕੋਈ ਕੋਈ ਸਿਆਣਾ ਬੰਦਾ ਨਹੀਂ ਸੀ ਉਸ ਸਮੇਂ ਰੋਕਦਾ ਉਹਨਾਂ ਨੂੰ ਓਏ ਉਹ ਆਪਣੇ ਆਪਣੇ ਨੂੰ ਮਾਰੀ ਜਾਂਦੇ ਸੀ ਕੋਈ ਸਿਆਣਾ ਨਹੀਂ ਸੀਗਾ ਜਿਹੜਾ ਜਾ ਕੇ ਕਹਿੰਦਾ ਓਏ ਆ ਨਾ ਕਰੋ ਓਏ ਆਪਣੀਆਂ ਜੜਾਂ ਵੜ ਰਹੇ ਉਹ ਪੰਜ ਚਾਰ ਵਰੀ ਐਵੇਂ ਲਗਾਤਾਰ ਬੋਲੇ ਫਿਰਦਾ ਕੁਲਵੰਦ ਸਿੰਘ ਰੇ ਆਰਾਮ ਨਾਲ ਸਟੇਜ ਤੇ ਖੜੇ ਰਹੇ ਤੀਰਜ ਦੇ ਨਾਲ ਬਜ਼ੁਰਗਾਂ ਨੇ ਬੋਲ ਲਿਆ ਕੰਮ ਇਹ ਬਜ਼ੁਰਗੋ ਬੈਜੋ ਪੱੜੀ ਗੱਲ ਵਾਜਬ ਆ ਮੈਂ ਜਵਾਬ ਦੇਣਾ ਉਹਦਾ ਉਦੋਂ ਕੋਈ ਸਮਾਂ ਉਦੋਂ ਕੋਈ ਬੰਦਾ ਨਹੀਂ ਸੀ ਤੁਸੀਂ ਕਹਿੰਦੇ ਜਿਹੜਾ ਰੋਕਦਾ ਅੱਜ ਕੋਈ ਬੰਦਾ ਜਿਹੜਾ ਰੋਕ ਸਕੇ ਅੱਜ ਦੱਸੋ ਤੁਸੀਂ ਹੁਣ ਕੀ ਹਾਲਾਤ ਨੇ ਹੁਣ ਵੀ ਤੇ ਵੇਖ ਲਓ ਇਹ ਮਨੁੱਖ ਦੀ ਇਹਨੂੰ ਅਸੀਂ ਐਸਕੇਪਿਜ਼ਮ ਕਹਿੰਦੇ ਆ ਭਾਂਜਵਾਦੀ ਹੋਣਾ ਮਤਲਬ ਪੁਰਾਣੇ ਦੀ ਜਿਹਨੂੰ ਬਾਬਾ ਜੀ ਨੇ ਬਿਆਨ ਕੀਤਾ ਨਾ ਬਾਬਾ ਜੀ ਕਹਿੰਦੇ ਮੈਂ ਦੇਖਿਆ ਅੰਧੀ ਰਇਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ ਕਰਦੀ ਕੀਏ ਉੱਚੀ ਗਾਵੇਂ ਵਾਦਾਂ ਗਾਵੇਂ ਉੱਚੀ ਕੁੱਕਾਂ ਵਾਦਾਂ ਗਾਵੇਂ ਜੋਧਾਂ ਕਈ ਵਿਚਾਰ ਵਾਦਾਂ ਵਾਦ ਵਾਦ ਹੁੰਦੇ ਨੇ ਜਿਹੜੇ ਇਜ਼ਮ ਨੇ ਵੱਖਰੇ ਵੱਖਰੇ ਜਿਵੇਂ ਇਜ਼ਮ ਹਿੰਦੂਇਜ਼ਮ ਸਿੱਖੀਜ਼ਮ ਇਜ਼ਮ ਮਾਰਕਸਿਜ਼ਮ ਇਜ਼ਮ ਗਾਉਣੇ ਵਾਦ ਗਾਉਣੇ ਮਾਰਕਸਵਾਦ ਫਲਾਂਵਾਦ ਵਾਦ ਗਾਉਣੇ ਮਤਲਬ ਅਜਾਈ ਇਧਰ ਉਧਰ ਦੀਆਂ ਸਾਰੀਆਂ ਬਾਤਾਂ ਸਾਰੀਆਂ ਹੋਈ ਜਾਣਗੀਆਂ ਜਿਹੜੀ ਐਗਜ਼ੈਕਟਲੀ ਸ਼ਾਰਪਨ ਰਾਈਟ ਗੱਲ ਆ ਉੱਦੇ ਤੇ ਨਹੀਂ ਆਉਣਾ ਉਹ ਤਾਂ ਦੂਰ ਰਹਿ ਜਾਣਾ ਗੁਰਬਾਣੀ ਸਾਰੇ ਕਾਸੇ ਦੀ ਗੱਲ ਕਰਦੀ ਪਰ ਸਾਨੂੰ ਕਹਿੰਦੀ ਹੋ ਹੇਰ ਐਂਡ ਨਾਓ ਹੁਣ ਤੇ ਆ ਰੋਲ ਪਛਾਣ ਆਪਣਾ ਕਰਤਾਰ ਦੇ ਵੱਡੇ ਚੋਜ ਨੂੰ ਦੇਖ ਮੈਂ ਮੁਕਦੀ ਗੱਲ ਕਰਾਂ ਛੋਟਾ ਮੂੰਹ ਤੇ ਵੱਡੀ ਗੱਲ ਅਦਨਾ ਜਾ ਮਨੋਖਾਂ ਬਹੁਤੀ ਸਮਝ ਨਹੀਂ ਹੈ ਤੁਹਾਡੀ ਅਸੀਸ صدਕਾ ਜਿੰਨਾ ਸਮਾਂ ਬਣਦਾ ਪੜਦੇ ਆ ਜਿਸ ਕੰਡੀਸ਼ਨ ਚ ਅੱਜ ਤੁਸੀਂ ਹੋ ਨਾ ਇੱਕ ਕੰਡੀਸ਼ਨ ਇਤਨੀ ਜ਼ਿਆਦਾ ਅਪੋਰਚੁਨਿਟੀ ਵਾਲੀ ਹੈ ਕਿ ਕਮਾਲ ਹਰ ਇੱਕ ਪੰਜਵਾਂ ਪਰਿਵਾਰ ਸਿੱਖ ਪਰਿਵਾਰ ਦਾਸਪੋਰਾ ਚ ਐਵਰੀ ਫਿਫਥ ਫੈਮਿਲੀ ਸਿੱਖ ਫੈਮਿਲੀ ਇਨ ਡਾਇਸਪੋਰਾ ਦਾਸਪੋਰਾ ਦਾ ਮਤਲਬ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਹਾਂਗਕਾਂਗ ਸਿੰਗਾਪੁਰ ਇੰਗਲੈਂਡ ਇਨਾ ਮੁਲਖਾਂ ਦੇ ਵਿੱਚ ਡਿਵੈਲਪਡ ਨੇਸ਼ਨਸ ਦੇ ਵਿੱਚ ਤੁਹਾਡੀ ਬਾਇੰਗ ਪਾਵਰ ਬਹੁਤ ਵੱਧ ਗਈ ਹੈ ਤੁਹਾਡੀ ਆਪਕਣਾ ਪੜ ਰਹੀਆਂ ਨੇ ਉਹ ਤੁਸੀਂ ਇੱਕ ਸਿੰਡੀਗੇਟ ਤਿਆਰ ਕਰ ਸਕਦੇ ਹੋ ਵਰਲਡ ਬੈਂਕ ਵਰਗੀ ਆਰਗੇਨਾਈਜੇਸ਼ਨ ਆਪਣੇ ਆਪ ਥੋੜਾ ਜਿਹਾ ਫੋਕਸ ਕਰ ਲਵੋ ਅਗਲੀ ਜਨਰੇਸ਼ਨ ਸੰਭਾਲ ਲਵੋ ਪੜਾ ਲਵੋ ਉਹਨਾਂ ਨੂੰ ਸਿੱਖੀ ਕਦਰਾਂ ਕੀਮਤਾਂ ਨਾਲ ਜੋੜ ਲਵੋ ਤੁਸੀਂ ਬੜੇ ਵੱਡੇ ਜੇਤੂ ਹੋ ਜਾਏ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਾ ਰੋਕ ਸਕੇਗੀ ਬੜੀ ਬੈਸਟ ਪੋਜੀਸ਼ਨ ਤੇ ਆ ਚੁੱਕੇ ਆ ਇਸ ਵਕਤ ਇੱਥੋਂ ਡਿਰੇਲ ਹੋ ਗਏ ਇਕ ਉਲਾਮਾ ਇਕਬਾਲ ਦਾ ਸ਼ੇਰ ਹੈਗਾ ਆਸਮਾਨ ਕੀ ਖਾਹਸ਼ ਰੱਖਣੇ ਵਾਲੇ ਜ਼ਮੀਨ ਵੀ ਹੱਥ ਸੇ ਜਾਂਦੀ ਰਹੇਗੀ ਅਸਮਾਨਾਂ ਨੂੰ ਜੱਫੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਧਰਤੀ ਵੀ ਨਹੀਂ ਬਚਣੀ ਜਿੱਥੋਂ ਖੁੰਝ ਗਏ ਤੇ ਜੇ ਇੱਥੇ ਬਚ ਗਏ ਫਿਰ ਤੁਹਾਡੇ ਵਾਸਤੇ ਧਰਤੀ ਤੇ ਆਸਮਾਨ ਦੋਵੇਂ ਹੀ ਤੁਹਾਡੇ ਨੇ ਫਿਰ ਤੇ ਇਹ ਹੈ ਕਰਤਾਰ ਦੀ ਬਣੀ ਹੋਈ ਖੇਡ ਨੂੰ ਪਿੱਛੋਂ ਵੇਖਦਿਆਂ ਹੋਇਆਂ ਅੱਗੇ ਰੋਲ ਨੂੰ ਪਹਿਚਾਣਨਾ ਜੋ ਬਚਨ ਆਇਆ ਇੱਥੇ ਮਹਾਰਾਜ ਬਿਆਨ ਕਰਦੇ ਹਰ ਆਪੇ ਕਾਨ ਉਪਾਇਨ ਦਾ ਮੇਰੇ ਗੋਵਿੰਦਾ ਹਰ ਆਪੇ ਕੋਪੀ ਖੋਜੀ ਜਿਓ ਹਰੇ ਆਪੇ ਸਭ ਕਟ ਭੋਗ ਦਾ ਮੇਰੇ ਗੋਵਿੰਦਾ ਆਪੇ ਰਸੀਆ ਪੋਗੀ ਜਿਓ ਰਸੀਆ ਰਾਸਾਂ ਪਾਉਂਦੇ ਉਹਦੇ ਨਾਮ ਦੀਆਂ ਸਰੂਪ ਦੇ ਵਿੱਚ ਪਈ ਜ਼ਿੰਦਗੀ ਦੀ ਰਾਸ ਵਕਤੀ ਤੌਰ ਤੇ ਥੋੜੇ ਭੋਗ ਬਿਲਾਸ ਵਿੱਚ ਗਵਾਚ ਜਾਣਾ ਨਹੀਂਗਾ ਅਸੀਂ ਲੋਕ ਬੜੇ ਗਵਾਚ ਗਏ ਆ ਥੋੜਾ ਪੈਸਾ ਆ ਗਿਆ ਨਾ ਆ ਗੱਡੀ ਲੈ ਲਈ ਆਹ ਕਾਰ ਲੈ ਲਈ ਆਹ ਲੈ ਲਈ ਆ ਲਲਿਓ ਪਲਿਆ ਕੌਮ ਤੇਰੀ ਨਸ਼ਿਆਂ ਚ ਉਜੜ ਚਲੀਏ ਵੇਖ ਤੇ ਸਹੀ ਧਿਆਨ ਦੇ ਨਾਲ ਜਿਸ ਮਾਲਕ ਦੇ ਚ ਅਸੀਂ ਬੈਠੇ ਹਾਂ ਕੋਈ ਹਫਤਾ ਐਸਾ ਗੁਜ਼ਰੇ ਜਿਸ ਦਿਨ ਮੈਨੂੰ ਇਹ ਕਾਲ ਨਾ ਆਵੇ ਸਾਡਾ ਬੇਟਾ ਕਨਵਰਟ ਹੋ ਗਿਆ ਜੀ ਸਾਡੀ ਬੇਟੀ ਕਨਵਰਟ ਹੋ ਗਈ ਹੈ ਸਾਡਾ ਬੇਟਾ ਜਿਹੜਾ ਹੈਗਾ ਉਹ ਆ ਇਸ ਤਰੀਕੇ ਨਾਲ ਧਰਮ ਛੱਡ ਗਿਆ ਜੀ ਕੋਈ ਵਕਤ ਕੋਈ ਕੋਈ ਵੀਕ ਐਸੀ ਹੋਏ ਮਾਫੀ ਮੰਗਾਂਗਾ ਸਾਡੀ ਕੋਈ ਆਰਗੇਨਾਈਜੇਸ਼ਨ ਉੱਤੇ ਕੰਮ ਨਹੀਂ ਕਰ ਰਹੀ ਨਾਥਿੰਗ ਸਾਡੇ ਕੋਲ ਇੱਕ ਵੀ ਆਊਟ ਰੀਚ ਗਰੁੱਪ ਨਹੀਂ ਹੈਗਾ ਅੱਜ ਇੱਕ ਬੰਦਾ ਬਾਹਰੋਂ ਆਉਂਦਾ ਆਈ ਵਾਂਟ ਟੂ ਬੀ ਸਿੱਖ ਮੇਨਸਟ੍ਰੀਮ ਦੇ ਵਿੱਚੋਂ ਇੱਕ ਆਰਗੇਨਾਈਜੇਸ਼ਨ ਨਹੀਂ ਸਾਡੇ ਕੋਲ ਮੈਂ ਕਹਾਂ ਡਾਸਪੁਰ ਚ ਇੰਨੇ ਬੈਠੇ ਨਹੀਂ ਬਾਇੰਗ ਪਾਵਰ ਹੋ ਚੁੱਕੀ ਸਾਡੀ ਜਿੱਥੇ ਅਸੀਂ ਕਹਿ ਸਕੀਏ ਜਾ ਉੱਥੇ ਜਾ ਕੇ ਤੈਨੂੰ ਸਿੱਖੀ ਲਰਨ ਕਰਾਈ ਜਾਏਗੀ ਸਿਖਾਈ ਜਾਏਗੀ ਪੜਾਈ ਜਾਏਗੀ ਅਸੀਂ ਇੱਕ ਇੰਸਟੀਟਿਊਸ਼ਨ ਬਣਾਇਆ ਹੈਗਾ ਵੀ ਡੋਨਟ ਹੈਵ ਈਵਨ ਸਿੰਗਲ ਮਤਲਬ ਇਹ ਕਿ ਭੋਗ ਬिलास ਹਾਂ ਭੋਗੋ ਧਰਤੀ ਨੂੰ ਪਰ ਭੋਗੋ ਇਸ ਰੂਪ ਦੇ ਵਿੱਚ ਕਿ ਇਹ ਸਸਟੇਨ ਹੋਏ ਤੁਹਾਡਾ ਵਕਤੀ ਤੌਰ ਤੇ ਚੀਜ਼ਾਂ ਜਿਹੜੀਆਂ ਨੇ ਜੇ ਆਪਾਂ ਫਿਰ ਇਤਿਹਾਸ ਤੋਂ ਸਿੱਖਣ ਵਾਲਾ ਆ ਮਹਾਰਾਜਾ ਰਣਜੀਤ ਸਿੰਘ ਨੋ ਡਾਊਟ ਉਹਦੇ ਕਿਰਦਾਰ ਕਿਰਦਾਰ ਕੁਸ਼ੀ ਕਰਵਾਈ ਅੰਗਰੇਜ਼ਾਂ ਨੇ ਕਰਵਾਈ ਅਸੀਂ ਅੱਜ ਵੀ ਕਰਦੇ ਆਂ ਹਾਂ ਕੁਝ ਚੀਜ਼ਾਂ ਹੋਈਆਂ ਜਿੱਥੇ ਜਾ ਕੇ ਕੁਝ ਮਿਸਟੇਕਸ ਹੋਈਆਂ ਉਹਨਾ ਮਿਸਟੇਕਸ ਦੀ ਵੱਡੀ ਮਿਸਟੇਕ ਕਿ ਹੋਈ ਜਦੋਂ ਨੇ ਸਿੰਧ ਦੇ ਅਮੀਰਾਂ ਨੂੰ سرمایہ ਦੇ ਕੇ ਆਪਣੇ ਨਾਲ ਨਹੀਂ ਰਲਾਇਆ ਜੇ ਸਿੰਧ ਦੇ سرمایہਦਾਰ سرمایہਦਾਰ ਨੂੰ ਪੈਸਾ ਦੇ ਕੇ ਇਧਰਲੇ ਪਾਸੇ ਰਲਾ ਦਿੰਦਾ ਅਸੀਂ ਸਮੁੰਦਰ ਤੇ ਹੋਣਾ ਸੀਗਾ ਇੱਕ ਵਾਰੀ ਸਮੁੰਦਰ ਦੀ ਤਲਹਟੀ ਨੂੰ ਕਿਤੇ ਛੁੰਦੇ ਉੱਧ ਜਾ ਕੇ ਉਹ ਉਹਦੀ ਕਿਤੇ ਖੁਸ਼ਬੂ ਜਿਹੜੀ ਹੈ ਉਹਨੂੰ ਮਾਣ ਲੈਂਦੇ ਸ਼ਾਇਦ ਮੰਜ਼ਰ ਕੁਝ ਹੋਰ ਹੋਣਾ ਸੀਗਾ ਅੱਜ ਪਰ ਖੈਰ ਜਿਹੜੀ ਭੋਗ ਦੀ ਪ੍ਰਵਿਰਤੀ ਹੈ ਉਸ ਨੂੰ ਕਿਸੇ ਹੋਰ ਰੰਗ ਚ ਵੇਖਿਆ ਜਾਏ ਬਚਨ ਆਇਆ ਮਹਾਰਾਜ ਬਿਆਨ ਕਰਦੇ ਕਿ ਹਰ ਆਪੇ ਕਾਹ ਨੋ ਪਾਇੰਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਹੋਰ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੂਰ ਆਪੇ ਸੁਜਾਨ ਨਾ ਭੁੱਲ ਲਈ ਮੇਰੇ ਗੋਵਿੰਦਾ ਆਪੇ ਸਤਗੁਰੂ ਜੋਗੀ ਜੀਓ ਉਹ ਸੁਜਾਨ ਕਦੀ ਭੁੱਲਦਾ ਨਹੀਂਗਾ ਜਿਹੜੇ ਚੋਜ ਕਰਦਾ ਉਹ ਸਹੀ ਕਰਦਾ ਅਸੀਂ ਭੁੱਲ ਜਾਂਨੇ ਆ ਅਸੀਂ ਪੱਲਾ ਛੱਡ ਦਿੰਨੇ ਆ ਸਤਗੁਰੂ ਜੋਗੀ ਦਾ ਇਸੇ ਕਰਕੇ ਕਿਹਾ ਸਤਗੁਰੂ ਜੋਗੀ ਦਾ ਪੱਲਾ ਫੜ ਤੇ ਸਤਗੁਰੂ ਜੋਗੀ ਦਾ ਪੱਲਾ ਫੜਨਾ ਤੇ ਉਹਦੇ ਲਈ ਜੋਗ ਕਮਾਉਣਾ ਪਾਉਣਾ ਇਹ ਤੇ ਮਹਾਰਾਜ ਕੰਨੇ ਗੱਲ ਨਹੀਂ ਜੋਗ ਨਾ ਹੋਈ ਇਹ ਗੱਲਾਂ ਨਾਲ ਨਹੀਂ ਹੋਣਾ ਇਹ ਤੇ ਜੀਵਨ ਦੇ ਅਸਲ ਅਮਲ ਨੂੰ اختیار ਕਰਕੇ ਹੋਣਾ ਇਹਨਾਂ ਸਾਰੇ ਬਚਨਾਂ ਤੇ ਪਹਿਰਾ ਦੇ ਕੇ ਹੋਣਾ ਖੈਰ ਇਨੀਆਂ ਕ ਬੇਨਤੀਆਂ ਨਾਲ ਖਿਮਾ ਸਮਾਹ ਮਾਫੀ ਚਾਹਾਂਗਾ 6 ਮਿੰਟ ਵਧ ਲੈ ਗਿਆ ਭਾਈ ਸਾਹਿਬ ਅਨੰਦ ਸਾਹਿਬ ਦਾ ਜਾਪ ਕਰਕੇ ਸਮਾਪਨ ਕਰਾਂ ਉਹਦੇ ਮੈਨੂੰ ਇਜਾਜ਼ਤ ਦੇਣੀ ਕਹਿ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ